ਟੀਚਰ एलिजिबिलिटी टेस्ट ਦੇ ਪਿਛਲੇ ਸਾਲ ਦੇ ਪੇਪਰਾਂ ਦੇ ਕੁਐਸਚਨ ਹੂਬ ਹੋ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਹੈਲਪ ਕਰਦੇ ਨੇ ਕੋਈ ਵੀ ਜੇ ਤੁਸੀਂ ਪੇਪਰ ਪਹਿਲੀ ਵਾਰ ਦੇਣਾ ਹੈ ਪਿਛਲੇ ਸਾਲ ਦੇ ਇਹ ਕੁਐਸਚਨ ਜਿਹੜੇ ਨੇ ਹੈਲਪ ਕਰਦੇ ਨੇ ਸਾਡੀ ਸੋ ਫਰਸਟ ਕੁਐਸਚਨ ਹੈ ਸੀਡੀਪੀ ਦਾ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ दैट इज व्हाई ਡਿਵੈਲਪਮੈਂਟ ਦੇ ਕੁਐਸਚਨ ਇਹਦੇ ਵਿੱਚ ਜ਼ਿਆਦਾ ਹੋਣਗੇ ਫਰਸਟ ਕੁਐਸਚਨ ਹੈ ਵਿਚ ਆਫ ਦੀ ਫੋਲੋਇੰਗ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਡਿਵੈਲਪਮੈਂਟ ਆਫ ਮੋਰਲ ਵੈਲਿਊਜ਼ ਜਦੋਂ ਮੈਂ ਕੁਐਸਚਨ ਨੂੰ ਪੜਿਆ ਤੇ ਮੈਂ ਮੇਨ ਟਰਮ ਜਿਸ ਤੇ ਮੇਰੇ ਮਾਈਂਡ ਨੇ ਫੋਕਸ ਕਰਨਾ ਹੈ ਉਸ ਨੂੰ ਮੈਂ ਅੰਡਰਲਾਈਨ ਕਰ ਲਿਆ ਪੰਜਾਬੀ ਵਿੱਚ ਇੱਕ ਬੱਚੇ ਦੇ ਨੈਤਿਕ ਮੁੱਲਾਂ ਦੇ ਵਿਕਾਸ ਕਲਾਸ ਵਿੱਚ ਹੇਟ ਲਿਖੇ ਵਿੱਚ ਕਿਹੜਾ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਕਿ ਪ੍ਰੇਅਰ ਨਿਭਾਉਂਦੀ ਹੈ ਹਾਂ ਸਭ ਤੋਂ ਪਹਿਲਾਂ ਸਾਨੂੰ ਮੋਰਲ ਜਾਂ ਨੈਤਿਕ ਮੁੱਲਾਂ ਦਾ ਮਤਲਬ ਪਤਾ ਹੋਣਾ ਚਾਹੀਦਾ ਹੈ ਜੇ ਕੋਲਬਰਗ ਦੀ ਥਿਊਰੀ ਮੁਤਾਬਕ ਦੇਖਣਾ ਹੈ ਇਹ ਕੁਐਸਚਨ ਵੱਖਰੇ ਤੌਰ ਤੇ ਪੁੱਛਿਆ ਜਾ ਸਕਦਾ ਹੈ ਕੋਹਲਬਰਗ ਦੀ ਥਿਉਰੀ ਮੁਤਾਬਕ ਪੀਐਸ ਟੈਟ ਵਿੱਚ ਕੁਐਸਚਨ ਆਲਰੇਡੀ ਆ ਵੀ ਚੁੱਕਾ ਹੈ ਕਿ ਉਹਦੇ ਮੁਤਾਬਕ ਮੋਰੈਲਿਟੀ ਕੀ ਹੈ ਥੈਟ ਇਜ਼ ਜਸਟਿਸ ਉਹ ਮੋਰਲ ਵੈਲਿਊ ਦੀ ਡੈਫੀਨੇਸ਼ਨ ਕੀ ਕਰਦਾ ਹੈ ਜਸਟਿਸ ਵੈਸੇ ਸਮਝਣਾ ਹੋਵੇ ਤੇ ਬੱਚਾ ਮੋਰਲ ਵੈਲਿਊਜ਼ ਨੂੰ ਕੀ ਹੈ ਕਿ ਗੁੱਡ ਤੇ ਬੈਡ ਵਿੱਚ ਡਿਫਰੈਂਸ ਸਮਝ ਕੇ ਗੁੱਡ ਨੂੰ ਜਦੋਂ ਚੂਜ਼ ਕਰਦੇ ਹੈ ਨਾ ਸੋ ਇੱਜ ਕੁਐਸਚਨ ਇਹ ਪੁੱਛਿਆ ਗਿਆ ਹੈ ਕਿ ਹੇਟ ਲਿਖੀਆਂ ਵਿੱਚੋਂ ਕਿਹੜਾ ਸਕੂਲ ਵਿੱਚ ਕਿਹੜੀ ਐਕਸਰਸਾਈਜ਼ ਹੈ ਜਿਹੜੀ ਗੁੱਡ ਬਿਹੇਵੀਅਰ ਡਿਵੈਲਪ ਕਰਦੀ ਹੈ ਕਿ ਪ੍ਰੇਅਰ ਯੈਸ ਪ੍ਰਮਾਤਮਾ ਨੂੰ ਕਹਿੰਦੇ ਆ ਇਤਨੀ ਸ਼ਕਤੀ ਹਮੇਂ ਦੇਣਾ ਦਾਤਾ ਕਿ ਹੈ ਨਾ ਸੋ ਇਹ ਯੈਸ ਹੈ ਪ੍ਰੋਪਰ ਸੋਸ਼ੀਅਲਾਈਜੇਸ਼ਨ ਸੋਸ਼ੀਅਲਾਈਜੇਸ਼ਨ ਦਾ ਆਪਣੇ ਆਪ ਚ ਮਤਲਬ ਕੀ ਹੈ ਕਿ ਜੋ ਸੋਸ਼ੀਅਲੀ ਗੁੱਡ ਹੈ ਜੋ ਸੋਸ਼ੀਅਲ ਨੋਰਮਸ ਨੇ ਨੋਰਮਸ ਨੇ ਨੋਰਮਸ ਮੀਨ ਜੋ ਸੋਸ਼ਲ ਦਾ ਨਾਰਮਲ ਬਿਹੇਵੀਅਰ ਮੰਨਿਆ ਜਾਂਦਾ ਹੈ ਵੱਡਿਆਂ ਦਾ ਸਤਿਕਾਰ ਕਰਨਾ ਅਸੀਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ ਸੋ ਸੋਸ਼ੀਅਲਾਈਜ਼ੇਸ਼ਨ ਵੀ ਡਾਇਰੈਕਟਲੀ ਮੋਰਲ ਵੈਲਿਊਜ਼ ਬਣਦੀਆਂ ਹਨ ਜੇ ਦੋ ਟਿਕ ਹੋ ਗਏ ਨੇ ਇਟ ਮੀਨਸ ਆਲ ਆਫ ਦੀ ਅਬੋਵ ਹੋਏਗਾ ਇੰਟੈਲੈਕਟ ਕੇ ਬੁੱਧੀ ਕੀ ਦੱਸਦੀ ਹੈ ਡਿਸਕ੍ਰਿਮੀਨੇਟ ਕਰਨਾ ਦੱਸਦੀ ਹੈ ਗੁੱਡ ਤੇ ਬੈਡ ਵਿੱਚ ਸੋ ਅੱਗੇ ਚਲ ਕੇ ਦੇਖਦੇ ਹਾਂ ਕਿ ਆਲ ਆਫ ਦੀ ਅਬੋਵ ਜੇ ਉੱਤਰ ਹੈ ਤੇ ਉਹੀ ਰਾਈਟ ਆਨਸਰ ਹੋਏਗਾ ਆਲ ਆਪਸ਼ਨਸ ਆ ਰਾਈਟ ਸੋ ਰਾਈਟ ਹੈ ਕਿ ਸਾਰੇ ਵਿਕਲਪ ਸਹੀ ਹਨ ਸਾਰੇ ਮੋਰਲ ਵੈਲਿਊ ਨੂੰ ਡਿਵੈਲਪ ਕਰਦੇ ਹਨ ਦੂਜਾ ਕੁਐਸਚਨ ਹੈ ਡੈਸ਼ ਅਕਰਸ ਵੈਨ देयर आर ਆਰਡਰਲੀ ਐਂਡ ਪ੍ਰੋਗਰੈਸਿਵ ਚੇਂजेस ਇਨ ਹਿਊਮਨ ਬੀਇੰਗ ਡਿਊ ਟੂ ਦੇਖੋ ਜਿਹੜਾ ਵੀ ਕੁਐਸਚਨ ਪਾਉਂਦਾ ਹੈ ਜੇ ਉਹ ਬੁੱਕ ਨੂੰ ਪੜ੍ਹ ਕੇ ਪਾ ਰਿਹਾ ਹੈ ਜਾਂ ਨੈਟਕ ਪਾ ਰਿਹਾ ਹੈ ਤੇ ਕੁਝ ਸ਼ਬਦਾਂ ਨੂੰ ਡਾਇਰੈਕਟਲੀ ਰਾਈਟ ਆਨਸਰ ਤੱਕ ਲਿਆਜ ਜਾਂਦੇ ਨੇ ਆ ਆਰਡਰਲੀ ਸ਼ਬਦ ਤੇ ਪ੍ਰੋਗਰੈਸਿਵ ਚੇਂजेस ਇਹ ਹਰਲੌਕ ਦੀ ਬੁੱਕ ਤੇ ਹਰਲੌਕ ਦੀ ਡੈਫੀਨੇਸ਼ਨ ਜਿਹੜੀ ਪੁੱਛੀ ਵੀ ਜਾਂਦੀ ਹੈ ਇਸ ਡੈਫੀਨੇਸ਼ਨ ਕਿਸ ਦੀ ਹੈ ਹਰਲੌਕ ਮੈਂ ਇੱਥੇ ਨਾਮ ਲਿਖ ਦਿੰਦਾ ਹਾਂ ਹਰਲੌਕ ਕਿਉਂਕਿ ਸਭ ਤੋਂ ਜ਼ਿਆਦਾ ਜਿਹੜੇ ਕੁਐਸਚਨ ਬਣਦੇ ਨੇ ਡਿਵੈਲਪਮੈਂਟ ਦੇ ਉਹਦੇ ਬੁੱਕ ਚੋਂ ਬਣਦੇ ਨੇ ਉਸ ਤੋਂ ਵੱਖਰੇ ਤੌਰ ਤੇ ਅਸੀਂ ਕਰਾਂਗੇ ਸੋ ਇਹ ਕਿਸ ਦੀ ਡੈਫੀਨੇਸ਼ਨ ਹੈ ਸਿਰਫ ਇੰਨੀ ਗੱਲ ਕਰਨੀ ਹੈ ਨਾ ਸੋ ਗਰੋਥ ਦੀ ਨਹੀਂ ਹੈ ਗਰੋਥ ਦਾ ਮਤਲਬ ਹੈ ਕਿ ਸਾਈਜ਼ ਇਨਕਰੀਜ਼ ਹੋ ਜਾਣਾ ਹਾਈਟ ਇਨਕਰੀਜ਼ ਹੋ ਜਾਣਾ ਬੱਚੇ ਦੀ ਅਪੀਅਰੈਂਸ ਵਿੱਚ ਦਿਖਾਵਾਟ ਵਿੱਚ ਵਾਧਾ ਹੋਣਾ ਜਿਹੜੀ ਇੱਕ ਟਾਈਮ ਤੇ ਜਾ ਕੇ 20 21 ਸਾਲ ਤੱਕ 18 ਸਾਲ ਤੱਕ 19 ਸਾਲ ਤੱਕ ਰੁਕ ਜਾਂਦੀ ਹੈ ਸੋ ਜਿਹੜਾ ਪ੍ਰੋਗਰੈਸਿਵ ਆਰਡਰਲੀ ਚੇਂਜ ਹੈ ਉਹ ਡਵੈਲਪਮੈਂਟ ਦੀ ਪਰਿਭਾਸ਼ਾ ਬਣਦੀ ਹੈ ਹਾਂ ਇਸ ਡਿਫੀਨੇਸ਼ਨ ਨੂੰ ਹੋਰ ਵਧੀਆ ਕੀਤਾ ਜਾ ਸਕਦਾ ਹੈ ਜੇ ਹੌਲਿਸਟਿਕ ਹੌਲਿਸਟਿਕ ਇਸ ਨੂੰ ਸੰਪੂਰਨ ਸੰਪੂਰਨ ਵਿੱਚ ਕਿ ਸਾਰੀਆਂ ਡਾਈਮੈਂਸ਼ਨਸ ਵਿੱਚ ਸ਼ਾਮਲ ਹੋ ਜਾਂਦੀਆਂ ਨੇ इमोशनल ਹੈ ਕოგਨੀਟਿਵ ਹੈ इफेक्टिव ਹੈ ਹੈ ਨਾ ਉਹ ਸਾਰੇ ਸਾਰਿਆਂ ਦਾ ਵਿਕਾਸ ਹੁੰਦਾ ਹੈ ਸੋ ਇਹ ਬੈਸਟ ਇਹਦਾ ਉੱਤਰ ਬਣਦਾ ਹੈ ਇੱਥੇ ਫਿਜ਼ੀਕਲ ਵੀ ਰੋਂਗ ਆਨਸਰ ਹੈ ਕਿਉਂਕਿ ਇੱਕ ਡਾਈਮੈਂਸ਼ਨ ਹੈ ਮੈਂਟਲ ਵੀ ਇੱਕ ਡਾਈਮੈਂਸ਼ਨ ਹੈ ਡਿਵੈਲਪਮੈਂਟ ਵਿੱਚ ਫਿਜ਼ੀਕਲ ਮੈਂਟਲ इमोਸ਼ਨ ਸੋਸ਼ਲ ਮੋਰਲ ਇਹ ਸਾਰੀਆਂ ਡਾਈਮੈਂਸ਼ਨਸ ਦਾ ਪੋਜ਼ਿਟਿਵ ਚੇਂਜ ਪ੍ਰੋਗਰੈਸਿਵ ਚੇਂਜ ਹੁੰਦਾ ਹੈ ਥੈਟ ਇਜ਼ ਵਾਈ ਅਸੀਂ ਡਿਵੈਲਪਮੈਂਟ ਨੂੰ ਰਾਈਟ ਆਨਸਰ ਲੈ ਕੇ ਅੱਗੇ ਚੱਲ ਰਹੇ ਹਾਂ ਐ ਐਕਸਪਲੇਨੇਸ਼ਨ ਹੈ ਇਹ ਡੈਫੀਨੇਸ਼ਨ ਹੈ ਇਹਦੇ ਵਿੱਚੋਂ ਐਡ ਕੀ ਕੀਤਾ ਹੋਰ ਕੀ ਲਰਨ ਕਰ ਸਕਦੇ ਹਾਂ ਅਗਲਾ ਕੁਐਸਚਨ ਕੀ ਕਰ ਸਕਦੇ ਹਾਂ ਇਹ ਕੁਐਸਚਨ ਰਿਪੀਟ ਹੁੰਦੇ ਨੇ ਪ੍ਰੋਗਰੈਸਿਵ ਐਂਡ ਆਰਡਰਲੀ ਚੇਂजेस ਹੈ ਡਿਊ ਟੂ ਕਿਹਦੇ ਕਾਰਨ ਹਨਾ ਮੈਚਿਊਰੇਸ਼ਨ ਨੰਬਰ 1 ਔਰ ਐਕਸਪੀਰੀਅੰਸ ਐਕਸਪੀਰੀਅੰਸ ਲੀਡ ਟੂ ਲਰਨਿੰਗ ਅ ਜਿਹੜੀ ਸਕੂਲ ਚ ਵੀ ਅਸੀਂ ਕਰਦੇ ਆ ਫਾਰਮਲ ਇਨਫਾਰਮਲ ਦੋਨੋ ਸਿਚੁਏਸ਼ਨ ਵਿੱਚ ਮੈਚਿਊਰੇਸ਼ਨ ਆਟੋਮੈਟਿਕ ਚੇਂਜ ਹੈ ਆਟੋਮੈਟਿਕ ਚੇਂਜ ਆਪਣੇ ਆਪ ਚੇਂਜ ਆ ਜਾਂਦੇ ਆ ਫੋਰ ਏਗਜ਼ਾਮਪਲ ਇੱਕ ਬੱਚਾ 4 5 5 ਮਹੀਨੇ ਦਾ ਨਾਰਮਲੀ 4 ਤੋਂ 7 ਮਹੀਨੇ ਦਾ ਬੱਚਾ ਜਿਹੜਾ ਹੈ ਉਹ ਬੈਠਣਾ ਸ਼ੁਰੂ ਕਰ ਦਿੰਦਾ ਹੈ ਓਕੇ ਆਸਰੇ ਨਾਲ ਪਹਿਲਾਂ ਬੈਠਦਾ ਹੈ ਫਿਰ ਇੰਡੀਪੈਂਡੈਂਟ ਬੈੱਡ ਤੇ ਇੱਦਾਂ ਦਾ ਬੈਠਣਾ ਸ਼ੁਰੂ ਕਰ ਦਿੰਦਾ ਹੈ ਸੋ ਇਹ ਜਿਹੜਾ ਚੇਂਜ ਉਹਦੇ ਵਿੱਚ ਆਇਆ ਹੈ ਇਹ ਆਪਣੇ ਆਪ ਆਇਆ ਹੈ ਮਾਪਿਆਂ ਨੇ ਜਾਂ ਅਸੀਂ ਸਿਖਾਇਆ ਨਹੀਂ ਹੈ tick. ਹਾਂ ਜਿੱਦਾਂ ਜਿੱਦਾਂ ਮੈਚਿਊਰੇਸ਼ਨ ਵੱਧਦੀ ਹੈ ਉਦਾਂ ਪ੍ਰੋਬੇਬਲ ਉਹਦੇ ਐਕਸਪੀਰੀਅੰਸ ਰਿਚ ਹੁੰਦੇ ਆ ਹੁਣ ਜੇ ਬੈਠਣ ਲੱਗ ਪਿਆ ਫਿਰ ਉਹ ਤੁਰਨ ਲੱਗ ਪੈਂਦਾ ਹੁਣ ਤੁਰਨ ਲੱਗ ਪਿਆ ਇਟ ਮੀਨਸ ਜਿਆਦਾ ਚੀਜ਼ਾਂ ਨਾਲ ਪੰਗੇ ਲਏਗਾ ਜਿੰਨੀਆਂ ਚੀਜ਼ਾਂ ਨਾਲ ਪੰਗੇ ਲਏਗਾ ਓਨੀਆਂ ਚੀਜ਼ਾਂ ਐਕਸਪੀਰੀਅੰਸ ਕਰੇਗਾ ਲਰਨ ਕਰੇਗਾ ਮਤਲਬ ਉਹਦੇ ਬਿਹੇਵੀਅਰ ਵਿੱਚ ਚੇਂਜ ਆਏਗਾ ਲਰਨਿੰਗ ਦਾ ਮਤਲਬ ਹੈ ਚੇਂजेस ਇਨ ਬਿਹੇਵੀਅਰ ਜਾਂ ਰਿਲੇਟਿਵਲੀ ਪਰਮਨੈਂਟ ਚੇਂਜ ਇਨ ਬਿਹੇਵੀਅਰ ਇਹ ਸੌਖੀ ਜੀ ਡੈਫੀਨੇਸ਼ਨ ਜੇ ਰਿਪੀਟ ਹੁੰਦੀ ਹੈ ਉਹ ਉਹਦੀ ਮੈਂ ਗੱਲ ਕੀਤੀ ਹੈ ਅੱਗੇ ਚੱਲਦੇ ਵਿਚ ਆਫ ਦੀ ਫਾਲੋਇੰਗ ਸਟੇਟਮੈਂਟ ਇਜ਼ ਨਾਟ ਕਰੈਕਟ ਹੁਣ ਕੀ ਧਿਆਨ ਰੱਖਣਾ ਹੈ ਕਿ ਨਾਟ ਨੂੰ ਮੈਂ ਯਾਦ ਰੱਖਣਾ ਹੈ ਨਾਰਮਲੀ ਅੱਛੇ ਪੇਪਰ ਵਿੱਚ ਇਸ ਨੂੰ ਵੱਡਾ ਕਰਕੇ ਲਿਖਿਆ ਹੁੰਦਾ ਹੈ ਕਿ ਤੁਹਾਡਾ ਮਾਈਂਡ ਇੱਥੇ ਟਿਕਿਆ ਰਹੇ ਨਾਟ ਕਰੈਕਟ ਡਿਵੈਲਪਮੈਂਟ ਇਜ਼ ਕੁਆਂਟੀਟੇਟਿਵ ਕੁਆਂਟੀਟੇਟਿਵ ਕੀ ਹੈ ਜਿਸ ਨੂੰ ਮਈਅਰ ਕੀਤਾ ਜਾ ਸਕਦਾ ਹੈ ਐਮ ਈ ਏ ਐਸ ਯੂ ਆਰ ਈ ਮਾਪਿਆ ਜਾ ਸਕਦਾ ਹੈ ਨਾ ਮਾਪਿਆ ਜਾ ਸਕਦਾ ਹੈ ਮਾਪਿਆ ਕਿਹਨੂੰ ਜਾ ਸਕਦਾ ਫੋਰ ਐਗਜ਼ਾਮਪਲ ਹਾਈਟ ਵੇਟ ਸੋ so, ਹਾਈਟ weight ਪਿੱਛੇ ਕਰਕੇ ਆਏ ਹਾਂ ਉਹ ਕਿਹਦੀ ਐਗਜ਼ਾਮਪਲ ਹੈ ਐ ਗ੍ਰੋਥ ਦੀ ਸੋ ਗ੍ਰੋਥ ਹੈ ਕੁਆਂਟੀਟੇਟਿਵ ਡਿਵੈਲਪਮੈਂਟ ਕੁਆਲੀਟੇਟਿਵ ਤੇ ਕੁਆਂਟੀਟੇਟਿਵ ਦੋਨੋਂ ਨਹੀਂ ਠੀਕ ਜੇ ਇੱਥੇ ਕੁਆਲੀਟੇਟਿਵ ਲਿਖਿਆ ਹੁੰਦਾ ਫਿਰ ਇੱਥੇ ਸਾਨੂੰ ਲੈ ਕੇ ਚੱਲਣਾ ਪੈਣਾ ਸੀ ਰਾਈਟ ਲੇਕਿਨ ਇੱਥੇ ਕੁਆਂਟੀਟੇਟਿਵ ਹੈ ਇਸ ਲਈ ਇਹ ਰੋਂਗ ਹੋ ਗਿਆ ਨਾਟ ਕਾਰੈਕਟ ਸਟੇਟਮੈਂਟ ਵੈਸੇ ਆਪਾਂ ਨੂੰ ਪਹਿਲੇ ਮਿਲ ਗਈ ਆ ਐਜੂਕੇਸ਼ਨ ਇਜ਼ ਗੋਲ ओरिएंटेड ਬਿਲਕੁਲ ਸਾਡਾ ਗੋਲ ਹੈ ਸਵਾਮੀ ਵਿਵੇਕਾਨੰਦ ਜੀ ਉਹ ਪੋਟੇਸ਼ਨ ਹੈ men making process এডਿਕੇਸ਼ਨ ਇਜ਼ a men making ਬੰਦੇ ਬਣਾਣੇ ਆ ਸੀ ਬੰਦੇ ਮੀਨ ਹਿਊਮਨ ਵੈਲਿਊਜ਼ ਡਿਵੈਲਪ ਕਰਨੀਆਂ ਉਹਨਾਂ ਦੇ ਵਿੱਚ ਸੋ ਉਦੇਸ਼ ਆਧਾਰਿਤ ਪ੍ਰਕਿਰਿਆ ਹੈ ਸਿੱਖਣਾ ਵਿਵਹਾਰਿਕ ਬਦਲ ਬਦਲਾਅ ਦੀ ਪ੍ਰਕਿਰਿਆ ਹੈ ਹੁਣੀ ਮੈਂ ਦੱਸਿਆ ਕਿ ਲਰਨਿੰਗ ਦਾ ਮਤਲਬ ਹੈ ਬਿਹੇਵਰਲ ਚੇਂਜ ਇੱਥੇ ਬਿਹੇਵਰਲ ਦਾ ਮਤਲਬ ਹੈ ਇਮੋਸ਼ਨਲ ਵੀ ਸ਼ਾਮਲ ਹੈ ਕਿਉਂਕਿ ਸਾਈਕੋਲੋਜੀ ਵਾਲੇ ਜਿਹੜੇ ਨੇ ਉਹ ਬਿਹੇਵਰਲ ਦਾ ਮਤਲਬ ਇਸ ਤਰ੍ਹਾਂ ਲੈਂਦੇ ਆ ਐਜੂਕੇਸ਼ਨ 'ਚ ਅਸੀਂ ਸਿਰਫ ਇਹਦਾ ਮੋਟਰ ਐਕਟੀਵਿਟੀ ਕਈ ਵਾਰੀ ਲੈ ਲੈਂਦੇ ਆ ਸੋ ਇਮੋਸ਼ਨਲ ਸੋਸ਼ਲ ਕognitive ਥਿੰਕਿੰਗ ਰੀਜ਼ਨਿੰਗ ਇਹ ਸਾਰਿਆਂ ਵਿੱਚ ਚੇਂजेस ਜਦੋਂ ਆਉਂਦੇ ਆ ਥੋੜੇ ਪਰਮਾਨੈਂਟ ਚੇਂਜ ਉਸ ਨੂੰ ਲਰਨਿੰਗ ਕਹਿੰਦੇ ਆ ਸੋ ਰਾਈਟ ਆਨਸਰ ਸਾਨੂੰ ਮਿਲ ਗਿਆ ਹੈ ਕਿ ਕੁਆਂਟੀਟੇਟਿਵ ਨਹੀਂ ਹੈ ਡਿਵੈਲਪਮੈਂਟ ਕੁਆਲਿਟੇਟਿਵ ਹੈ ਬੋਥ ਆਏਗਾ ਤਾਂ ਬੈਟਰ ਹੈ ਓਕੇ ਜੋ ਇਨੂੰ ਕੁਆਲੀਟੇਟਿਵ ਕਿਹਾ ਗਿਆ ਹੈ ਗੁਣਾਤਮਕ ਪੰਜਾਬੀ ਵਿੱਚ ਗੁਣਾਤਮਕ ਪ੍ਰਕਿਰਿਆ ਕਿਉਂਕਿ ਇਸ ਨਾਲ ਤੁਸੀਂ ਜਟਲ ਸਕਿੱਲਸ ਹਨਾ ਸਾਈਕਲ ਸਿੱਖਦੇ ਹੋ ਸਕੂਟਰ ਸਿੱਖਦੇ ਹੋ ਰੋਟੀ ਪਕਾਉਣਾ ਸਿੱਖਦੇ ਹੋ ਸਾਰੀਆਂ ਸਕਿੱਲਸ ਨੇ ਹੌਲੀ-ਹੌਲੀ ਕੰਪਲੈਕਸ ਹੋ ਜਾਂਦੀਆਂ ਨੇ ਹਨਾ ਸਟੰਟ ਕਰਦੇ ਹੋ ਮੋਟਰ ਵਿਕਾਸ ਦੇ ਨਾਲ ਕੀ ਅਰਥ ਹੈ ਮੋਟਰ ਡਿਵੈਲਪਮੈਂਟ ਦੇ ਪਹਿਲਾਂ ਮੈਂ ਗੱਲ ਦੱਸ ਦਿਆਂ ਕਿ ਮੋਟਰ ਡਿਵੈਲਪਮੈਂਟ ਹੁੰਦੀ ਕੀ ਹੈ ਮੋਟਰ ਦਾ ਮਤਲਬ ਸਿੰਪਲ ਹੈ ਮੋਟਰ ਗੱਡੀ ਹੁੰਦੀ ਹੈ ਉਹੀ ਹੈ ਮੂਵਮੈਂਟ ਮੂਵਮੈਂਟ ਹੈ ਨਾ ਗਤੀਸ਼ੀਲਤਾ ਹਰਕਤਾਂ ਗਤੀਸ਼ੀਲਤਾ ਅ ਸੋ ਜਿਹੜਾ ਮੂਵਮੈਂਟ ਹੈ ਕਿਹਦੀ ਮੂਵਮੈਂਟ ਫਿਜ਼ੀਕਲ ਮੂਵਮੈਂਟ ਫਿਜ਼ੀਕਲ ਫਿਜ਼ੀਕਲ ਕੀ ਹੈ ਇਸ ਵੇਲੇ ਮੈਂ ਲਿਖ ਵੀ ਰਿਹਾ ਹਾਂ ਫਿਜ਼ੀਕਲ ਮੂਵਮੈਂਟ ਜਿਹੜੀਆਂ ਹਨ ਦੋ ਤਰ੍ਹਾਂ ਨਾਲ ਡਿਵਾਈਡ ਕੀਤਾ ਜਾਂਦਾ ਹੈ ਉਸ ਨੂੰ ਇੱਕ ਗ੍ਰੋਸ ਗ੍ਰੋਸ ਕਿ ਜਿਹਦੇ ਵਿੱਚ ਹੋਲ ਬਾਡੀ ਜਾਂ ਵੱਡੇ ਲਿੰਮਸ ਲੱਤਾਂ ਬਾਹਾਂ ਸਿਰ ਕੰਮ ਕਰਦੇ ਆ ਮੈਂ ਦੌੜਦਾ ਹਾਂ ਸਭ ਕੰਮ ਕਰਦਾ ਹਾਂ ਮੈਂ ਇਸ ਨੂੰ ਪੈਨ ਨਾਲ ਲਿਖ ਰਿਹਾ ਹਾਂ ਸਿਰਫ ਇਹ ਫਿੰਗਰਸ ਤੇ ਆ ਇਹ ਚੀਜ਼ ਕੰਮ ਕਰ ਰਹੀ ਹੈ ਮ ਪੈਰਾਂ ਦਾ ਇਹਦੇ ਵਿੱਚ ਕੰਮ ਦੇ ਇਸ ਕੰਮ ਦੇ ਵਿੱਚ ਕੋਈ ਯੋਗਦਾਨ ਨਹੀਂ ਹੈ ਸੋ ਇਹ ਇਸ ਚੀਜ਼ ਦਾ ਇਸ ਚੀਜ਼ ਦਾ ਕੋਈ ਯੋਗਦਾਨ ਨਹੀਂ ਹੈ ਦੈਟ ਇਜ਼ ਵਾਈ ਕਿਉਂਕਿ ਫਿੰਗਰਸ ਲिटल ਪਾਰਟ ਯੂਜ਼ ਹੋ ਰਿਹਾ ਹੈ ਉਸ ਨੂੰ ਫਾਈਨ ਮੋਟਰ ਸਕਿੱਲ ਕਹਿੰਦੇ ਨੇ ਅੱਛਾ ਗਤੀ ਜਿਹੜੀ ਹੈ ਗਤੀਸ਼ੀਲਤਾ ਜ਼ਿਆਦਾ ਗ੍ਰੋਸ ਵਿੱਚ ਹੁੰਦੀ ਹੈ ਇਹਦੇ ਵਿੱਚ ਬਹੁਤ ਘੱਟ ਗਤੀ ਹੁੰਦੀ ਹੈ ਅਸੀਂ ਕਈ ਵਾਰੀ ਹੌਲੀ ਹੌਲੀ ਰੰਗ ਭਰਦੀ ਹੈ ਪਰ ਗਤੀਦੋਨ ਨੱਚ ਹੁੰਦੀ ਹੈ ਸੋ ਗਤੀ ਨਾਲ ਸੰਬੰਧਿਤ ਹੈ ਸੋ ਮੋਟਰ ਡਵੈਲਪਮੈਂਟ ਦਾ ਮਤਲਬ ਮਾਈਂਡ ਤੇ ਸਪਿਰਿਟ ਨਹੀਂ ਹੈ ਬਿਲਕੁਲ ਗਲਤ ਹੋ ਗਿਆ ਸਪਿਰਿਟ ਤਾਂ ਬਿਲਕੁਲ ਨਹੀਂ ਐਜੂਕੇਸ਼ਨਲ ਟ੍ਰੇਨਿੰਗ ਬਿਲਕੁਲ ਨਹੀਂ ਹੈ ਹੈਨਾ ਸਟਰੈਂਥ ਐਂਡ ਸਪੀਡ ਅ ਇਸ ਨੂੰ ਹੁਣ ਤਾਕਤ ਤੇ ਗਤੀ ਇੱਥੇ ਗਤੀ ਆ ਗਈ ਕਿਉਂਕਿ ਕੋਈ ਵੀ ਮੋਟਰ ਮੂਵਮੈਂਟ ਹੈ ਫਿਜ਼ੀਕਲ ਮੂਵਮੈਂਟ ਹੈ ਮੋਟਰ ਦਾ ਮਤਲਬ ਹੀ ਮੂਵਮੈਂਟ ਹੈ ਤੇ ਤੁਸੀਂ ਗਰਾਊਂਡ ਵਿੱਚ ਕੰਮ ਕਰਦੇ ਹੋ ਤੁਸੀਂ ਲੈਬ ਵਿੱਚ ਕੰਮ ਕਰਦੇ ਹੋ ਜਿਮਨਾਸਟਿਕ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਗਤੀਸ਼ੀਲਤਾ ਗਤੀ ਦਾ ਹੈ ਸੋ ਜਿਹੜੀਆਂ ਇਹ ਸਕਿਲਸ ਡਿਵੈਲਪ ਕਰਨੀਆਂ ਨੇ ਜਿਸ ਨੂੰ ਮੋਟਰ ਸਕਿੱਲਸ ਕਹਿੰਦੇ ਨੇ ਗ੍ਰੋਸ ਤੇ ਫਾਈਨ ਮੋਟਰ ਸਕਿੱਲਸ ਹੈ ਇਹਦੇ ਵਿੱਚ ਦੋ ਚੀਜ਼ਾਂ ਤੇ ਫੋਕਸ ਹੁੰਦਾ ਹੈ ਇਸ ਡਿਵੈਲਪਮੈਂਟ ਦਾ ਇੱਕ ਤਾਂ ਗਤੀ ਕਿ ਸਪੀਡ ਨਾਲ ਕੰਮ ਕਰ ਲੈਂਦੇ ਹੋ ਤੁਹਾਡੇ ਚ ਪਾਵਰ ਜੇ ਗੇਮਸ ਦੀ ਇੱਕ ਐਗਜ਼ਾਮਪਲ ਲੈਣੀ ਹੈ ਫਲੈਕਸੀਬਿਲਟੀ ਇੱਥੇ ਗਲਤ ਹੋ ਜਾਂਦਾ ਹੈ ਗੁੱਡ ਕੁਐਸਚਨ ਸੀ ਸੋ ਗਤੀ ਨੇ ਸਾਨੂੰ ਹੈਲਪ ਕੀਤੀ ਇਸ ਕੁਐਸਚਨ ਨੂੰ ਸੋਲਵ ਕਰਨ ਦੀ ਅ ਨੈਕਸਟ ਚਲਦੇ ਹਾਂ ਹਿਊਮਨ ਡਿਵੈਲਪਮੈਂਟ 스타ਟਸ ਫਾਰਮ ਮਨੁੱਖੀ ਵਿਕਾਸ ਸ਼ੁਰੂ ਹੁੰਦਾ ਹੈ ਕਦੋਂ ਸ਼ੁਰੂ ਹੁੰਦਾ ਹੈ ਸਟੇजेस ਹੈ ਇਨਫੈਂਸੀ ਸਟੇਜ infancy stage 0 ਤੋਂ 2 ਸਾਲ ਦੇ ਵਿੱਚਕਾਰ ਸ਼ੁਰੂ ਹੋ ਜਾਂਦਾ ਹੈ ਹਾਂ ਬਿਲਕੁਲ ਸਹੀ ਲੱਗ ਰਿਹਾ ਹੈ ਪ੍ਰੀ ਚਾਈਲਡਹੂਡ ਨਹੀਂ ਉਹ ਤਾਂ ਜਨਮ ਸਮੇ ਹੀ ਹੋ ਜਾਂਦਾ ਹੈ ਇਹ ਬਰਥ ਤੇ ਹੋ ਜਾਂਦਾ ਹੈ ਪ੍ਰੀਨੇਟਲ ਹਾਂ ਇਹ ਪੰਜਾਬੀ ਵਿੱਚ ਜਦੋਂ ਪੜਿਆ ਜਨਮ ਤੋਂ ਪਹਿਲਾਂ ਜਨਮ ਤੋਂ ਪਹਿਲਾਂ ਜਦੋਂ ਅਸੀਂ ਬਿੰਦੂ ਰੂਪ ਚ ਹੁੰਦੇ ਹਾਂ ਇੰਨਾ ਬ੍ਰੀਕ ਇੱਕ ਸੈੱਲ ਹੈ ਜਿਸ ਉਸਤੇ ਬੰਦੇ ਹਾਂ ਅ ਐਗ ਸੈੱਲ ਹੁੰਦਾ ਹੈ ਤੇ ਸਪਰਮ ਸੈੱਲ ਆਂਦਾ ਹੈ ਤੇ ਉਹ ਸੈੱਲ ਇੱਕ ਜਿਹੜਾ ਬਣ ਜਾਂਦਾ ਹੈ ਉਹ ਫਿਰ ਡਿਵਾਈਡ ਹੋ ਜਾਂਦਾ ਹੈ ਫਾਰ ਇਗਜ਼ਾਮਪਲ ਇਹ ਹੈ ਇਹ ਡਿਵਾਈਡ ਹੋ ਗਿਆ ਦੋ ਬਣ ਗਏ ਦੋ ਤੋਂ ਚਾਰ ਬਣ ਗਏ ਚਾਰ ਤੋਂ ਅੱਠ ਅੱਠ ਤੋਂ ਹਨਾ ਸੋ ਮਲਟੀਪਲੀਕੇਸ਼ਨ ਆਫ ਸੈਲਸ ਹੁੰਦੀ ਹੈ ਉਹ ਉਦੋਂ ਸਾਡੀ ਡਿਵੈਲਪਮੈਂਟ ਸ਼ੁਰੂ ਹੁੰਦੀ ਹੈ ਉਹ ਕਿੰਨਾ 0 ਤੋਂ 9 9 ਮੰਥ ਦਾ ਪੀਰੀਅਡ ਹੈ ਅਸੀਂ ਸਾਰੇ ਜਾਣਦੇ ਹਾਂ ਉਹਦੇ ਵਿੱਚ ਸਿਰ ਦਾ ਬਾਕੀ ਸਾਰੇ ਵਾਈਟਲ ਆਰਗਨ ਦਾ ਹਨਾ ਸਾਰੇ ਉਹੀ ਆਰਗਨ ਦਾ ਜਿਹੜਾ ਹੈ ਵਿਕਾਸ ਹੁੰਦਾ ਹੈ ਸੋ ਰਾਈਟ ਆਨਸਰ ਪ੍ਰੀਨੇਟਲ ਪੀਰੀਅਡ ਨੂੰ ਮੰਨਾਂਗੇ ਪੋਸਟ ਚਾਈਲਡਹੂਡ ਤਾਂ ਇਹ ਹੈ ਹੀ ਨਹੀਂ ਹੈ ਕਿ ਬੱਚੇ ਦੇ ਜਨਮ ਤੋਂ ਹੀ ਇਹ ਕੁਐਸਚਨ ਬਾਰ-ਬਾਰ ਪੁੱਛਿਆ ਜਾਂਦਾ ਹੈ ਸੋਸ਼ੀਅਲਾਈਜੇਸ਼ਨ ਕਦੋਂ ਸ਼ੁਰੂ ਹੁੰਦੀ ਹੈ ਬਰਥ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਕਈ ਥਿਉਰੀਸਟ ਕਹਿੰਦੀਆਂ ਨੇ ਕਿ ਜਨਮ ਤੋਂ ਪਹਿਲਾਂ ਹੀ ਲੇਕਿਨ ਨਹੀਂ ਬਰਥ ਤੋਂ ਸ਼ੁਰੂ ਹੁੰਦੀ ਰਾਈਟ ਆਨਸਰ ਹੈ ਏ ਵਿਕਾਸ ਦੇ ਸੰਦਰਭ ਵਿੱਚ ਹੇਠ ਲਿਖਿਆਂ ਕਿਹੜਿਆਂ ਵਿੱਚੋਂ ਬਿਆਨ ਸਹੀ ਹੈ ਵਿਚ ਸਟੇਟਮੈਂਟ ਇਜ਼ ਕਰੈਕਟ ਇਥੇ ਕਰੈਕਟ ਪੁੱਛਿਆ ਗਿਆ ਹੈ ਇਨ ਕੰਟੈਕਸਟ ਆਫ ਡਿਵੈਲਪਮੈਂਟ ਡਿਵੈਲਪਮੈਂਟ ਅਕਰ ਓਨਲੀ ਥਰੂ ਲਰਨਿੰਗ ਇਨ ਸਕੂਲ ਦੇਖੋ ਸਭ ਤੋਂ ਸੌਖੀ ਗੱਲ ਜਦੋਂ ਕੋਈ ਰਾਈਟ ਤੇ ਰੋਂਗ ਨਾ ਪਤਾ ਲੱਗੇ ਫਾਰ ਇਕਜ਼ੈਂਪਲ ਤੁਸੀਂ ਪਹਿਲੀ ਵਾਰ ਇਹ ਟੀਚਰ ਐਲੀਜੀਬਿਲਟੀ ਟੈਸਟ ਦੇਣਾ ਹੈ ਤੇ ਇਹ ਹਿੰਟ ਹੈ ਕਿ ਜਿਹਦੇ ਚ ਓਨਲੀ ਆਏਗਾ ਨਾ ਉਹ ਮੋਸਟਲੀ 99.9% ਉਹ ਗਲਤ ਹੋਏਗੀ ਸੋ ਓਨਲੀ ਥਰੂ ਸਕੂਲ ਵਿੱਚ ਨਹੀਂ ਡਵੈਲਪਮੈਂਟ ਜਾਂ ਲਰਨਿੰਗ ਹੁੰਦੀ ਬਾਹਰ ਵੀ ਹੁੰਦੀ ਹੈ ਘਰ ਵਿੱਚ ਕਿਚਨ ਵਿੱਚ ਸਭ ਜਗ੍ਹਾ ਹੁੰਦੀ ਹੈ ਡਵੈਲਪਮੈਂਟ ਅਕਰ ਓਨਲੀ ਆ ਗਿਆ ਡਿਊਰਿੰਗ ਚਾਈਲਡਹੂਡ ਨਹੀਂ ਅਡਲਟਹੂਡ ਹੈ ਅਡੋਲਸੈਂਟ ਹੈ ਸਾਰੇ ਪੀੜਾ ਲਾਈਫ ਲੌਂਗ ਪ੍ਰੋਸੈਸ ਹੈ ਇਸ ਦਾ ਜਿਹੜਾ ਲਰਨਿੰਗ ਤੇ ਡਵੈਲਪਮੈਂਟ ਦਾ ਹੈ ਨਾ ਲਾਈਫ ਲੌਂਗ ਤੁਹਾਨੂੰ ਪਤਾ ਹੈ ਲਾਈਫਸਪੈਨ ਸਾਈਕੋਲੋਜੀ ਇਸ ਨੂੰ ਕਹਿੰਦੇ ਹੈ ਲਾਈਫਸਪੈਨਸ ਸਾਈਕੋਲੋਜੀ ਕਿ ਸਾਰੀ ਉਮਰ ਜਿਹੜਾ ਸਾਡੇ ਚ ਚੇਂਜਸ ਆਉਂਦੇ ਨੇ ਡਵੈਲਪਮੈਂਟ ਇਜ਼ ਮਲਟੀ ਡਾਈਮੈਂਸ਼ਨਲ ਪਿੱਛੇ ਕਰਕੇ ਆਏ ਹਾਂ ਉਹ ਡਾਈਮੈਂਸ਼ਨਸ ਕਿਹੜੀਆਂ ਨੇ ਇੱਥੇ ਇਹਨੂੰ ਮੈਂ ਰੱਬ ਕਰਕੇ ਉਹ ਦੁਬਾਰਾ ਲਿਖ ਦਿੰਦਾ ਹਾਂ ਚਲੋ ਇਸ ਤਰ੍ਹਾਂ ਦ ਬ੍ਰਾਡਲੀ ਮੰਨੀਆਂ ਜਾਂਦੀਆਂ ਹਨ ਇੱਕ ਡਾਈਮੈਂਸ਼ਨ ਪਹਿਲੀ ਹੈ ਕੌਗਨੀਟਿਵ ਕੌਗਨੀਟਿਵ ਪੰਜਾਬੀ ਚ ਲਿਖਦੀ ਹੈ ਗਿਆਨਾਤਮਕ ਗਿਆਨਾਤਮਕ ਔਰ ਭਾਵਨਾਤਮਕ ਔਰ ਸਰੀਰਕ ਸਰੀਰਕ ਓਕੇ ਤੇ ਜਿਹੜੀ ਸੋਸ਼ਲ ਹੈ ਭਾਵਨਾਤਮਕ ਚ ਸੋਸ਼ਲ ਸਮਾਜਿਕ ਆ ਜਾਂਦੀ ਹੈ ਇਹਦੇ ਨਾਲ ਸਭ ਤੋਂ ਜ਼ਿਆਦਾ ਰਿਲੇਟਡ ਹੈ ਔਰ ਮੋਰਲ ਜਿਹੜੀ ਹੈ ਉਹ ਜੇ ਮੋਰਲ ਰੀਜ਼ਨਿੰਗ ਹੈ ਤਾਂ ਕੌਗਨੀਟਿਵ ਗਿਆਨਾਤਮਕ ਚ ਆ ਜਾਂਦੀ ਹੈ ਕੋਲਬਰਗ ਦੀ ਥਿਉਰੀ ਹੈ ਇੱਕ क्यों मैं डिस्कस कर रहे हैं क्योंकि क्वेश्चन पूछे जाते हैं सो राइट आंसर है डायमेंशनल है बिल्कुल राइट right आंसर है डेवलपमेंट हैज ए सेम रेट अक्रॉस कल्चर कि सारे बच्चों की विकास की गति दर दर गति ਇੱਕੋ ਜਿਹਾ ਨਹੀਂ ਇੱਕੋ ਜਿਹਾ ਨਹੀਂ ਹੈ ਤੁਸੀਂ ਦੇਖੋ ਉਹੀ ਬੱਚਾ ਜੋ ਫੋਰਨ ਜਾਂਦਾ ਹੈ ਉਹ ਵੈਸੇ ਉਹ এনवायरमेंट ਚੇਂਜ ਹੁੰਦਾ ਹੈ ਉਹਦੀ ਗਤੀਵਿਧ ਜਾਂਦੀ ਹੈ ਸੋ ਹਰ ਜਿਹੜਾ ਜੀਓਗ੍ਰਾਫੀਕਲ এনवायरमेंट ਹੈ ਪਹਾੜਾਂ ਵਿੱਚ ਨੇ ਉਹਨਾਂ ਦੀ ਗਤੀ ਵਦਨ ਦੀ ਤੇ ਸਾਡੀ ਗਤੀ ਤੇ ਜਿਹੜੇ ਮੈਦਾਨਾਂ ਵਿੱਚ ਜਿਹੜੇ ਜਾਂ ਕੋਲ ਐਰੀਆ ਚ ਰਹਿੰਦੇ ਨੇ ਉਹਨਾਂ ਦੀ ਗਤੀ ਵਿੱਚ ਫਰਕ ਹੈ ਸੋ ਇਹ ਇੰਡੀਵਿਜੂਅਲ ਡਿਫਰੈਂਸ ਦਾ ਪ੍ਰਿੰਸੀਪਲ ਇਸ ਨੂੰ ਰਿਜੈਕਟ ਕਰਦਾ ਹੈ ਨੈਕਸਟ ਚੱਲਦੇ ਹਾਂ ਵਿਚ ਆਫ ਦ ਫਾਲੋਇੰਗ ਸਟੇਟਮੈਂਟ ਅਬਾਊਟ ਡਿਵੈਲਪਮੈਂਟ ਇਜ਼ ਕਰੈਕਟ ਵਿਕਾਸ ਬਾਰੇ ਕਿਹੜੀ ਬਿਆਨ ਸਹੀ ਹੈ ਡਿਵੈਲਪਮੈਂਟ ਇਜ਼ ਪ੍ਰੋਸੀਡ ਬੈਕਵਰਡ ਆਫਟਰ ਅਡੋਲਸੈਂਟ ਬੈਕਵਰਡ ਨਹੀਂ ਜਾਂਦੀ ਡਿਵੈਲਪਮੈਂਟ ਦਾ ਮਤਲਬ ਹੈ ਕਿ ਹੌਲੀ 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 ਉੱਪਰ ਨੂੰ ਜਾਣਾ ਹੈ ਨਾ ਡਿਵੈਲਪਮੈਂਟ ਦਾ ਮਤਲਬ ਡਾਊਨ ਆਉਣਾ ਇੱਕ ਥਿਉਰੀ ਕਹਿੰਦੀ ਹੈ ਕਿ ਡਾਊਨ ਆਉਣਾ ਵੀ ਇਹ ਕੋਈ ਕੁਐਸਚਨ ਹੀ ਨਹੀਂ ਪੁੱਛਿਆ ਗਿਆ ਅ ਕਿ ਫਾਰ ਐਗਜ਼ਾਮਪਲ ਤੁਹਾਡੇ ਫਾਦਰ ਜਿਹੜੇ ਨੇ ਮੰਨ ਲਓ 50 ਸਾਲ ਦੇ ਹੋ ਗਏ ਨੇ ਤੇ ਹੋ ਸਕਦਾ ਹੈ ਕਿ ਫਿਜ਼ੀਕਲੀ ਵੀਕ ਹੋਏ ਹੁਣ 60 ਸਾਲ ਦੇ ਫਿਜ਼ੀਕਲ ਵੀਕ ਲੇਕਿਨ ਮੈਂਟਲੀ ਡਿਸੀਜਨ 메ਕਿੰਗ ਦੁਨੀਆ ਦਾ ਐਕਸਪੀਰੀਅੰਸ ਇਹ ਸਾਰਾ ਕੁਝ ਪੋਜ਼ਿਟਿਵ ਹੈ ਸੋ ਇੱਕ ਐਸਪੈਕਟ ਅਪ ਇੱਕ ਡਾਊਨ ਇਦਾਂ ਵੀ ਜਾ ਸਕਦਾ ਹੈ ਲੇਕਿਨ ਬੈਕਵਰਡ ਹੀ ਮੂਵ ਕਰ ਗਿਆ ਟੋਟਲ ਇਦਾਂ ਨਹੀਂ ਹੋਏਗਾ ਡਿਵੈਲ ਏ ਗੋ ਸਟ੍ਰੇਟ ਲਾਈਨ ਕਦੇ ਨਹੀਂ ਲੀਨੀਅਰ ਪ੍ਰੋਸੈਸ ਨੂੰ ਕਹਿੰਦੇ ਆ ਲਕੀਰ ਵਾਂਗੂ ਨਹੀਂ ਹੁੰਦੇ ਲਕੀਰ ਕਿਦਾਂ ਹੁੰਦੀ ਹੈ ਫॉर एग्जांपल ਇਸ ਤਰ੍ਹਾਂ ਆਪਾਂ ਦੂਜੇ ਬੋਰਡ ਤੇ ਜਾ ਕੇ ਥੋੜਾ ਜਿਹਾ ਸਮਝ ਲੈਣੇ ਆ ਇੱਥੇ ਜਾਣਨੇ ਆ ਉਹ ਕਹਿੰਦੇ ਡਿਵੈਲਪਮੈਂਟ ਇਸ ਤਰ੍ਹਾਂ ਹੁੰਦੀ ਹੈ ਇਹ ਜਾਂ ਨੋ ਏਜ ਵੱਧ ਰਹੀ ਹੈ ਇਹ ਏਜ ਵੱਧ ਰਹੀ ਹੈ ਹਨਾ ਤੇ ਨਾਲ ਨਾਲ ਹਾਈਟ weight ਜਾਂ ਮੈਂਟਲ ਸੋਸ਼ਲ ਸਕਿਲਸ ਤੁਹਾਡੀਆਂ ਡਿਵੈਲਪ ਹੁੰਦੀਆਂ ਹਨ ਕਿ ਇਸ ਤਰ੍ਹਾਂ ਹੁੰਦੀ ਹੈ ਜਾਂ ਇਸ ਤਰ੍ਹਾਂ ਹੁੰਦੀ ਹੈ ਕਿ ਪਹਿਲਾਂ ਡਵੈਲਪਮੈਂਟ ਥੋੜੀ ਹੈ ਫਿਰ ਤੇਜ਼ ਹੋਈ ਸਲੋ ਹੋ ਗਈ ਫਿਰ ਤੇਜ਼ ਹੋ ਗਈ ਸਲੋ ਹੋ ਗਈ ਫਿਰ ਤੇਜ਼ ਹੋ ਗਈ ਸਲੋ ਹੋ ਗਈ ਫਿਰ ਤੇਜ਼ ਹੋ ਗਈ ਸਲੋ ਹੋ ਗਈ ਸਪਾਇਰਲ ਥਿਸ ਇਜ਼ ਰਾਈਟ ਆਨਸਰ ਕਿ ਸਪਾਇਰਲ ਹੁੰਦੀ ਹੈ ਜੇ ਸਪਾਇਰਲ ਆਂਦਾ ਹੈ ਤੇ ਬਿਲਕੁਲ ਠੀਕ ਹੈ ਚੇਂजेस ਸਟ੍ਰੇਟ ਵਾਲਾ ਗਲਤ ਹੋ ਗਿਆ ਡਵੈਲਪਮੈਂਟ ਅਕਰ ਵੱਖ-ਵੱਖ ਵਿਅਕਤੀਆਂ ਵਿੱਚ ਵੱਖਰੇ ਦਰ ਨਾਲ ਹੁੰਦੀ ਹੈ ਬਿਲਕੁਲ ਇੰਡੀਵਿਜੂਅਲ ਡਿਫਰੈਂਸ ਦੇਖੋ ਦੋ ਭੈਣ ਭਰਾਏ ਨੇ ਜਾਂ ਭਰਾ ਭਰਾ ਨੇ ਉਹਨਾਂ ਦੇ ਵਿਚਕਾਰ ਜਿਹੜੀ ਹੈ ਗਰੋਥ ਡਵੈਲਪਮੈਂਟ ਦੋਨੋਂ ਹੀ ਵੱਖਰੇ ਤਰ੍ਹਾਂ ਹੁੰਦੀ ਹੈ ਇੱਕੋ ਸਕੂਲ 'ਚ ਇੱਕੋ ਕਲਾਸ 'ਚ ਪੜ੍ਹੇ ਹੋਏ ਇੱਕ ਮਾਪਿਆਂ ਨੇ ਪਾਲੇ ਹੋਏ ਪਰ ਇੱਕ ਇੱਜ਼ਤ ਕਰਦਾ ਹੈ ਇੱਕ ਨਹੀਂ ਕਰਦਾ ਇੱਕ ਇੱਕ ਸਕਿੱਲ ਸਿੱਖ ਜਾਂਦਾ ਹੈ ਇੱਕ ਜਲਦੀ ਸਿੱਖ ਜਾਂਦਾ ਹੈ ਇੱਕ ਲੇਟ ਸਿੱਖਦਾ ਹੈ ਨਾ ਸੋ ਵਿਕਾਸ ਡਿਵੈਲਪਮੈਂਟ ਸਟਾਪ ਆਫਟਰ ਅਡੋਲਸੈਂਟ ਡਿਵੈਲਪਮੈਂਟ ਨਹੀਂ ਸਟਾਪ ਹੁੰਦੀ ਡਿਵੈਲਪਮੈਂਟ ਲਾਈਫ ਲੌਂਗ ਹੈ ਇਹ ਗੱਲ ਯਾਦ ਰੱਖਣ ਵਾਲੀ ਹੈ ਗ੍ਰੋਥ ਸਟਾਪ ਹੁੰਦੀ ਹੈ ਸੋ ਇਥੇ ਇਹ ਰੋਂਗ ਬਣ ਗਿਆ ਰਾਈਟ ਆਨਸਰ ਸਾਨੂੰ ਪਤਾ ਲੱਗ ਗਿਆ ਹੈ ਡਿਫਰੈਂਟ ਰੇਟ ਹੈ ਇੰਡੀਵਿਜੂਅਲ ਡਿਫਰੈਂਸ ਦਾ ਡਿਵੈਲਪਮੈਂਟ ਆਫ ਚਾਈਲਡ ਇਜ਼ ਕਨਸਰਨਡ ਵਿਦ ਬੱਚੇ ਦਾ ਵਿਕਾਸ ਕਿਨਾਂ ਨਾਲ ਸੰਬੰਧਿਤ ਹੈ ਓਨਲੀ ਕੁਆਂਟੀਟੇਟਿਵ ਡਿਵੈਲਪਮੈਂਟ ਦੇਖੋ ਹਿੰਟ ਉਹਨੇ ਦਿੱਤਾ ਕਿ ਮੈਂ ਗਲਤ ਹਾਂ ਇਹ ਚੀਜ਼ਾਂ ਪ੍ਰੈਕਟਿਸ ਚ ਸਿੱਖ ਹੁੰਦੀ ਆ ਓਨਲੀ ਕੁਆਂਟੀਟੇਟਿਵ ਓਨਲੀ ਜਿੱਥੇ ਹੈ ਇੱਕ ਐਸਪੈਕਟ ਹੈ ਨਾਰਮਲੀ ਉਹ ਗਲਤ ਹੁੰਦਾ ਨਾਰਮਲੀ ਮੈਂ ਕਹਿ ਰਿਹਾ ਸੋ ਨਹੀਂ ਓਨਲੀ ਕੁਆਂਟੀਟੇਟਿਵ ਦੇਖੋ ਓਨਲੀ ਫਿਰ ਇੱਕ ਐਸਪੈਕਟ ਇੱਕ ਐਸਪੈਕਟ ਔਰ ਬੋਥ ਵਾਲੇ ਸਭ ਤੋਂ ਜ਼ਿਆਦਾ ਠੀਕ ਹੈ ਪਿਛਲੇ ਪੀਪਰਾਂ ਦਾ ਜਦੋਂ ਐਨਾਲਿਸਿਸ ਕਰਕੇ ਪਾਵਾਂਗਾ ਪੀਐਸ ਟੈਟ ਦਾ ਵੀ ਕਰਾਂਗਾ ਸੀ ਟੈਟ ਦਾ ਵੀ ਕਰਾਂਗਾ ਉਹ ਉਹਦੇ ਵਿੱਚ ਪਤਾ ਲੱਗ ਜਾਏਗਾ ਕਿੰਨੇ ਏ ਬੀ ਸੀ ਵੀ ਟੀ ਵੀ ਠੀਕ ਹੁੰਦੇ ਆ ਔਰ ਬੋਥ ਵਾਲੇ ਆਲ ਆਫ ਅਵਰ ਦੀ ਕਿੰਨੇ ਠੀਕ ਹੁੰਦੇ ਆ ਨਨ ਆਫ ਦੀ ਅਵ ਹੈਨਾ ਇਹ ਮੋਸਟਲੀ ਰੋਂਗ ਆਨਸਰ ਹੀ ਹੁੰਦਾ ਸੋ ਰਾਈਟ ਆਨਸਰ ਕਿ ਕੁਆਂਟੀਟੇਟਿਵ ਵੀ ਹੈ ਕੁਆਲੀਟੇਟਿਵ ਵੀ ਹੈ ਕੁਆਂਟੀਟੇਟਿਵ ਕਿਦਾਂ ਕਿ ਹਾਈਟ ਮੈਜ਼ਰ ਕੀਤੀ ਜਾ ਸਕਦੀ ਹੈ ਉਹ ਗਰੋਥ ਵੀ ਹੈ ਤੇ ਡਿਵੈਲਪਮੈਂਟ ਦਾ ਇੱਕ ਪਾਰਟ ਵੀ ਹੈ ਕਿਉਂਕਿ ਗਰੋਥ ਵੀ ਡਿਵੈਲਪਮੈਂਟ ਦਾ ਪਾਰਟ ਹੈ ਅ ਨੈਕਸਟ ਚਲਦੇ ਆ ਅ ਹੂ ਵਾਸ ਦੀ ਫਰਸਟ ਟੂ ਟ੍ਰਾਈ ਟੂ ਡਿਵਾਈਡ ਹਿਊਮਨ ਡਿਵੈਲਪਮੈਂਟ ਇਨਟੂ ਡਿਫਰੈਂਟ ਸਟੇਜ ਰੂਸੋ ਪਲੇਟੋ ਅਰਿਸਟੋਟਲ ਜான் ਲੋਕ ਦੇਖੋ ਇਥੇ ਸਾਰੇ ਹੀ ਫਿਲਾਸਫਰ ਦੱਸ ਦਿੰਦੇ ਨੇ ਸਾਈਕੋਲੋਜਿਸਟ ਕੋਈ ਨਹੀਂ ਦੱਸਿਆ ਬਹੁਤ ਇੰਪੋਰਟੈਂਟ ਹੈ ਪਲਾਟੋ ਇਹਨਾਂ ਨੇ ਗ੍ਰੋਥ ਐਂਡ ਡਿਵੈਲਪਮੈਂਟ ਦੀ ਕੋਈ ਗੱਲਾਂ ਨਹੀਂ ਕੀਤੀਆਂ ਪਲਾਟੋ ਦੇ ਏ ਸੀ ਲੋਕ ਇਹਨਾਂ ਨੇ ਹਾਂ ਜੇ ਇੱਕ ਕੁਐਸਚਨ ਆਵੇ ਮਾਈਂਡ ਇਜ਼ ਲਾਈਕ ਬਲੈਂਕ ਸਲੇਟ ਕੋਰੀ ਤਖਤੀ ਦੀ ਇਤਰਾ ਹੈ ਕੋਰੀ ਤਖਤੀ ਇਹ ਜੇ এনवायरमेंटਲਿਸਟ ਪੁੱਛਿਆ ਜਾਵੇ ਬਿਹੇਵੀਅਰਿਸਟ ਪੁੱਛਿਆ ਜਾਵੇ ਤੇ ਇਹ ਅਨਸਰ ਰਾਈਟ ਬਣੇਗਾ ਕਿਉਂਕਿ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਲੋਕ ਨੇ ਇਹ ਕਿਹਾ ਸੀ ਕਿ ਜਿਹੜਾ ਉਹਦਾ ਮਾਈਂਡ ਹੈ ਉਹ ਉੱਤੇ ਕੁਝ ਨਹੀਂ ਖਿਆ ਕੋਰੀ ਤਖਤੀ ਦੇ ਜਿਦਾ ਇੱਕ ਸਲੇਟ ਤੇ ਕੁਝ ਨਹੀਂ ਲਿਖਿਆ ਫਿਰ এনवायरमेंट ਜਿੱਦਾਂ ਦਾ ਹੈ ਇੰਗਲੈਂਡ ਦਾ ਵੱਖਰਾ ਹੈ ਜੰਮੂ ਦਾ ਵੱਖਰਾ ਹੈ ਤਾਮਿਲਨਾਡੂ ਦਾ ਵੱਖਰਾ ਹੈ ਪੰਜਾਬ ਦਾ ਵੱਖਰਾ ਹੈ एनवायरनमेंट ਜਿੱਦਾਂ ਦਾ ਹੈ ਉਦਾਂ ਦਾ ਜਿੱਦਾਂ ਭਾਸ਼ਾ ਵੱਖਰੀ ਹੈ ਉਦਾਂ ਦਾ ਵਿੱਚ ਲਿਖਿਆ ਜਾਂਦਾ ਹੈ ਸੋ এনवायरमेंट ਹੀ ਉਸ ਦੀ ਪਰਸਨੈਲਿਟੀ ਨੂੰ ਡਿਟਰਮਾਈਨ ਕਰਦਾ ਹੈ ਇਹ ਜான் ਲੋਕ ਨੇ ਕਿਹਾ ਸੀ ਸੋ ਇੱਥੇ ਰੂਸੋ ਆਨਸਰ ਹ ਬਚਦਾ ਹੈ ਰੂਸੋ ਦੀ ਇੱਕ ਬੁੱਕ ਸੀ ਹਮਾਈਲ ਕਵੈਸਚਨ ਕਦੇ ਪੁੱਛਿਆ ਜਾ ਸਕਦਾ ਹੈ ਬੜੀ ਪੌਪੂਲਰ ਬੁੱਕ ਹੈ ਇਸ ਦਾ ਐਜੂਕੇਸ਼ਨ ਨਾਲ ਸੰਬੰਧ ਹੈ ਜਿਸ ਵਿੱਚ ਉਸਨੇ ਜਿੱਦਾ ਮੋਗਲੀ ਤੁਸੀਂ ਦੇਖਿਆ ਸੀ ਨਾ ਮੋਗਲੀ ਤੁਸੀਂ ਦੇਖਿਆ ਹੋਵੇਗਾ ਉਹਦੇ ਵਿੱਚ ਇੱਕ ਛੋਟਾ ਬੱਚਾ ਹੈ ਨਾ ਇਸੇ ਤਰ੍ਹਾਂ ਮੋਗਲੀ ਮਿਰਕਲ ਅੱਜਕੱਲ ਤਾਂ ਨਹੀਂ ਛੋਟਾ ਬੱਚਾ ਹੈ ਜਿਹੜਾ ਜੰਗਲ 'ਚ ਰਹਿੰਦਾ ਹੈ ਜੰਗਲ 'ਚ ਉਹਨੂੰ ਜਾਣ ਬੁੱਝ ਕੇ ਰੱਖਿਆ ਗਿਆ ਕਿਉਂਕਿ ਜਿਹੜਾ ਨੈਚੁਰਲਿਸਟ ਸੀ ਰੂਸੋ ਨੈਚੁਰਲਿਸਟ ਸੀ ਔਰ ਨੇਚਰ ਦੇ ਵਿੱਚ ਉਹਨੂੰ ਰੱਖਿਆ ਗਿਆ ਸਕੂਲ ਨਹੀਂ ਉਹਨੂੰ ਭੇਜਿਆ ਗਿਆ ਉਹ ਨੇਚਰ ਦੇ ਵਿੱਚ ਟ੍ਰੀ ਨਾ ਮੈਦਾਨ ਪਸ਼ੂ ਪੰਛੀਆਂ ਨਾਲ ਖੇਲਦਾ ਐਕਸਪੀਰੀਅੰਸ ਕਰਦਾ ਹੈ ਨਾ এনਵਾਇਰਨਮੈਂਟ ਨਾਲ ਇੰਟਰੈਕਟ ਕਰਦਾ ਐਕਸਪੀਰੀਅੰਸ ਕਰਦਾ ਹੈ ਤੇ ਇਹਦੇ ਵਿੱਚੋਂ ਲਰਨ ਕਰਦਾ ਹੈ ਖੁਦ ਖੁਦ ਨੇਚਰਲਿਸਟ ਤੇ ਉੱਥੇ ਹੀ ਉਹ ਗਰੋ ਕਰਦਾ ਹੈ ਵੱਡਾ ਹੁੰਦਾ ਹੈ ਜਦੋਂ ਜਿਆਦਾ ਵੱਡਾ ਹੋ ਜਾਂਦਾ ਹੈ ਫਿਰ ਉਹ ਵੈਸੇ ਇੱਕ ਤਰ੍ਹਾਂ ਦੇ ਨਾਵਲ ਵਲਗੀ ਇਹ ਬੁੱਕ ਹੈ ਇਮਾਈਲ ਜੇ ਪਾਤਰ ਦਾ ਨਾਮ ਰੱਖਿਆ ਹੈ ਫਿਰ ਉਸ ਨੂੰ ਲਾਸਟ ਤੇ ਸ਼ਹਿਰ ਦੇ ਵਿੱਚ ਨਹੀਂ ਲੈ ਕੇ ਆਉਂਦਾ ਸ਼ਹਿਰੀ ਕਰਨ ਦਾ ਸ਼ਹਿਰ ਦੇ ਸਕੂਲਾਂ ਦਾ ਵਿਰੋਧ ਰੂਸੋ ਨੇ ਬਹੁਤ ਕੀਤਾ ਸੀ ਫਿਰ ਉਹਨੂੰ ਪਿੰਡ ਵਿੱਚ ਲੈ ਆਂਦਾ ਕਿਉਂਕਿ ਪਿੰਡ ਵਿੱਚ ਫੇ ਵੀ ਨੇਚਰ ਹੁੰਦੀ ਹੈ ਸੋ ਇਸ ਨੇ ਡਿਵੀਜ਼ਨ ਕੀਤੀਆਂ ਸੀ ਕਿ ਹਾਂਜੀ ਇਸ ਬੁੱਕ ਵਿੱਚ ਇਹ ਤਿੰਨ ਚਾਰ ਕੁਐਸਚਨ ਇਹਦੇ ਵਿੱਚ ਪੁੱਛੇ ਜਾ ਸਕਦੇ ਨੇ ਸੋ ਜੀ ਰੂਸੋ ਅਮਲ ਔਨ ਐਜੂਕੇਸ਼ਨ ਐ 62 ਦੇ ਵਿੱਚ ਸਟੇजेस ਬੇਸਡ ਔਨ ਥਿਊਰੀ ਔਫ ਹਿਊਮਨ ਹੀ ਡਿਵਾਈਡਡ ਚਾਈਲਡਹੂਡ ਆਈ ਇਹ ਬਲੀ ਇਨਫੈਂਸੀ ਚ ਅ ਦੂਸਰਾ ਚਾਈਲਡਹੂਡ 2 ਤੋਂ 12 ਸਾਲ ਪ੍ਰੀ ਅਡੋਲਸੈਂਟ 12 ਤੋਂ 15 ਸਾਲ ਔਰ ਅਡੋਲਸੈਂਟ 15 ਤੋਂ 20 ਸਾਲ ਲੇਕਿਨ ਹੁਣ ਦੀ ਜਿਹੜੀ ਹੈ ਇਹ ਡਿਵੀਜ਼ਨ ਤੁਹਾਨੂੰ ਨਹੀਂ ਪੁੱਛੀ ਜਾਏਗੀ ਇਹ ਗਲਤ ਹੋਏਗੀ ਕਿਉਂਕਿ ਜਿਹੜੀ ਹੁਣ ਦੀ ਡਿਵੀਜ਼ਨ ਹੈ ਨਾ ਨਾਰਮਲੀ ਹਰਲੌਕ ਜਾਂ ਕਈ ਜਣਿਆਂ ਨੇ ਕਲਾਸੀਫਿਕੇਸ਼ਨ ਕੀਤੀ ਹੈ ਸੋ ਇਨਫੈਂਸੀ 2 ਸਾਲ ਦਾ ਹੀ ਮੰਨਿਆ ਜਾਂਦਾ ਹੈ ਲੇਕਿਨ ਚਾਈਲਡਹੂਡ ਨੂੰ 2 ਸਾਲ ਦੋ ਜਗ੍ਹਾ ਡਿਵਾਈਡ ਕੀਤਾ ਗਿਆ ਹੈ अर्ਲੀ ਔਰ ਲੇਟਰ ਹਨਾ ਤੇ 12 ਤੋਂ 15 ਜਾਂ ਆਪਾਂ 12 ਤੋਂ 20 19 ਤੱਕ ਇਹ ਅਡੋਲਸੈਂਟ ਦਾ ਪੀਰੀਅਡ ਹੈ 11 ਤੋਂ ਟੀਨੇਜ ਜਿਸ ਨੂੰ ਕਹਿ ਦਿੰਦੇ ਹਾਂ ਸੋ ਇਸ ਨੂੰ ਉਹਨੂੰ ਪ੍ਰੀ ਅਡੋਲਸੈਂਟ ਤੇ ਪ੍ਰੀ ਅਡੋਲਸੈਂਟ ਹੁਣ ਕਿਹੜੀ ਮੰਨੀ ਜਾਂਦੀ ਹੈ ਜਿਹੜੀ ਲਗਭਗ ਪਿਬਰਟੀ ਪੀਰੀਅਡ ਤੋਂ ਸੈਕਸ਼ੂਅਲ ਗਲੈਂਡਸ ਜਿਹੜੀਆਂ ਨੇ ਸੈਕ੍ਰੀਟ ਕਰਨਾ ਸ਼ੁਰੂ ਕਰਦੀਆਂ ਉਸ ਤੋਂ ਪਹਿਲਾਂ ਤੋਂ ਪ੍ਰੀ ਅਡੋਲਸੈਂਟ ਪੀਰੀਅਡ ਸ਼ੁਰੂ ਹੋ ਜਾਂਦਾ ਹੈ ਜਦੋਂ ਪਿਬਰਟੀ ਆ ਗਈ ਉਦੋਂ अर्ली ਜਿਹੜਾ ਹੈ ਅਡੋਲਸੈਂਟ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਪਿਬਰਟੀ ਪੀਰੀਅਡ ਨੂੰ ਕੀ ਕਿਹਾ ਜਾ ਸਕਦਾ ਹੈ अर्ली ਚਾਈਲਡਹੂਡ ਕੀ ਕਿਹਾ ਜਾ ਸਕਦਾ ਮੋਸਟ ਇੰਪੋਰਟੈਂਟ ਜੇ ਮੈਚਿਊਰੇਸ਼ਨ ਬਾਇਓਲੋਜੀਕਲ ਮੈਚਿਊਰੇਸ਼ਨ ਦੀ ਦੇਨ ਹੀ ਹੈ ਐਗਜ਼ਾਮਪਲ ਲੱਭਣੀ ਹੈ ਤੇ ਪਿਬਰਟੀ ਪੀਰੀਅਡ ਨੂੰ ਵੀ ਲਿਆ ਜਾ ਸਕਦਾ ਹੈ ਓਕੇ ਜੀ ਮੋਸਟ ਸਿਸਟੇਮੈਟਿਕਲੀ ਡਿਵੀਜ਼ਨ ਗ੍ਰੋਥ ਐਂਡ ਡਿਵੈਲਪਮੈਂਟ ਦੇ ਪੁੱਛੀਆਂ ਜਾਂ ਤਾਂ ਉਹ ਜੀਨ ਪਿਆਜੇ ਦਾ ਨਾਮ ਆਏਗਾ ਅਸੀਂ ਥਿਊਰੀ ਕਰਨੀ ਹੈ ਇਸ ਨੂੰ ਮਤਲਬ ਡਿਟੇਲਸ ਕੀਤਾ ਜਾਏਗਾ ਸੋ ਨੇ ਚਾਰ ਡਿਵੀਜ਼ਨ ਇਹ ਕੁਐਸਚਨ ਵੀ ਪੁੱਛਿਆ ਗਿਆ ਇੱਕ ਵਾਰ ਕਿ ਕਿੰਨੀਆਂ ਸੀ ਈਜ਼ੀਐਸਟ ਕੁਐਸਚਨ ਸੋ ਫਰਸਟ ਸਟੇਜ ਦਾ ਨਾਮ ਸੀ ਸੈਂਸਰੀ ਮੋਟਰ ਸਟੇਜ ਜਿਹੜੀ ਇੱਕ ਜੀ ਬਰਥ ਤੋਂ 2 ਸਾਲ ਇਨਫੈਂਸੀ ਪੀਰੀਅਡ ਹੈ ਨਾ ਇਹ ਪ੍ਰੀ ਆਪਰੇਸ਼ਨਲ ਇਸ ਨੂੰ ਯਾਦ ਕਰਨ ਦਾ ਮੈਂ ਤਰੀਕਾ ਦੱਸਦਾ ਹਾਂ ਨਾ ਸਿਰਫ ਆਪਰੇਸ਼ਨਲ ਯਾਦ ਰੱਖਣਾ ਹੈ ਸ਼ਬਦ ਸਟੇਜ ਹੀ ਯਾਦ ਹਜਣ ਗਿਆ ኦਪਰੇਸ਼ਨਲ ਦਾ ਮਤਲਬ ਹੈ ਲੌਜੀਕਲ ਸੌਖੇ ਤਰ੍ਹਾਂ ਦੱਸ ਰਿਹਾ ਹਾਂ ਇਹਦੇ ਵੱਖਰੇ मीनिंग ਜਿਹੜੇ ਹੈ ਉਹਦੋਂ ਦੱਸਾਂਗਾ ਲੌਜੀਕਲ ਲੌਜੀਕਲ ਮੀਨ ਤਾਰਕਿਕ ਤਰਕ ਤੋਂ ਪਹਿਲਾਂ ਦੀ ਅਵਸਥਾ ਤਰਕ ਦੀ ਅਵਸਥਾ ਔਰ ਤਰਕ ਤੋਂ ਜਿਹੜੇ ਹੈ ਫਾਰਮਲ ਜਾਂ ਐਬਸਟ੍ਰੈਕਟ ਤਰਕ ਦੀ ਅਵਸਥਾ ਸਾਇੰਟਿਫਿਕ ਥਿੰਕਿੰਗ ਜਦੋਂ ਡਿਵੈਲਪ ਹੋ ਜਾਂਦੀ ਹੈ ਸੋ ਸੈਂਸਰੀ ਮੋਟਰ ਇੱਕ ਵੱਖਰੀ ਜਿਹੜੀ ਹੈ ਪ੍ਰੀ ኦਪਰੇਸ਼ਨਲ ਕੰਕ੍ਰੀਟ ኦਪਰੇਸ਼ਨਲ ਔਰ ਫਾਰਮਲ ኦਪਰੇਸ਼ਨਲ ਇਸ ਨੂੰ ਯਾਦ ਕਰਨ ਦਾ ਜੇ ਇਹ ਜੀ ਯਾਦ ਕਰਨੀ ਹੈ 2 7 11 ਤਿੰਨ ਚੀਜ਼ਾਂ ਯਾਦ ਰੱਖਣੀਆਂ ਪੈਣਗੀਆਂ ਚਾਰ ਸਟੇजेस ਯਾਦ ਹੋ ਜਾਣਗੀਆਂ ਸੋ ਇੱਕ ਕੁਐਸਚਨ ਸਾਡੇ ਨਾਲ ਜਿਹੜੇ ਪੀਐਸਟੈਟ ਵਿੱਚ ਪੁੱਛੇ ਜਾਂਦੇ ਨੇ ਉਸ ਨਾਲ ਸੰਬੰਧਿਤ ਦੱਸਿਆ ਗਿਆ ਸੀ ਹੇਠ ਲਿਖਿਆਂ ਵਿੱਚੋਂ ਕਿਹੜਾ ਬਿਆਨ ਵਿਕਾਸ ਬਾਰੇ ਸਹੀ ਨਹੀਂ ਹੈ ਈਚ ਫੇਜ਼ ਆਫ ਡਿਵੈਲਪਮੈਂਟ ਹੈਜ਼ ਹੈਜ਼ਰਡ ਵਿਕਾਸ ਦੇ ਹਰ ਮੰਚ ਤੇ ਖਤਰੇ ਹੁੰਦੇ ਹਨ ਵਿਕਾਸ ਉਤੇਜਨਾ ਨਾਲ ਸਹਾਇਕ ਸਹਾਇਕ ਨਹੀਂ ਹੁੰਦਾ ਉਤੇਜਨਾ ਨਾਲ ਸਹਾਇਕ ਨਹੀਂ ਹੁੰਦਾ ਇਹ ਡਵੈਲਪਮੈਂਟ ਇਸ ਨਾਟ ਐਡਡਡ ਬਾਈ ਸਟੀਮੂਲੇਸ਼ਨ ਵੈਰੀ ਇੰਪੋਰਟੈਂਟ ਹੈ ਵੈਰੀ ਇੰਪੋਰਟੈਂਟ ਵੈਰੀ ਇੰਪੋਰਟੈਂਟ ਪੇਰੈਂਟਸ ਨੂੰ ਟੀਚਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਟੀਮੂਲੇਸ਼ਨ ਨਾਲ ਜਿਹੜੀ ਹੈ ਸਟੀਮੂਲੇਸ਼ਨ ਏਡ ਕਰਦੀ ਸਟੀਮੂਲੇਸ਼ਨ ਦਾ ਮਤਲਬ ਇੱਥੇ ਤੁਸੀਂ ਸਪੈਸੀਫਿਕ এনवायरमेंट ਹੈ ਦੇਣਾ ਹੈ ਨਾ ਫॉर एग्जांपल ਇੱਕ ਬੱਚੇ ਨੂੰ ਕੰਪਿਊਟਰ ਲੈਪਟਾਪ ਮੋਬਾਈਲ ਮਿਲਦਾ ਹੈ ਇੱਕ ਬੱਚੇ ਨੂੰ ਕਿਤਾਬਾਂ ਮਿਲਦੀਆਂ ਨੇ ਸਲਮ ਵਿੱਚ ਕੁਝ ਵੀ ਨਹੀਂ ਮਿਲਦਾ ਸਟੀਮੂਲੇਸ਼ਨ ਓਕੇ ਇੱਕ ਬੱਚੇ ਨੂੰ ਸੋਸ਼ਲ ਐਕਸਰਸਾਈਜ਼ ਮੋਡਲਿੰਗ ਹੈ ਪੇਰੈਂਟਸ ਅੱਛੀ ਤਰ੍ਹਾਂ ਵਿਸ਼ ਕਰਦੇ ਹੈ ਦੇਖਦਾ ਹੈ ਰੋਜ਼ ਸਟੀਮੂਲੇਸ਼ਨ ਹੈ ਹੈ ਨਾ ਸਟੀਮੂਲਸ ਮਿਲਦੇ ਨੇ ਸੋ ਇਸ ਦਾ ਡਵੈਲਪਮੈਂਟ ਤੇ ਬਿਲਕੁਲ ਅਸਰ ਹੋਇਆ ਇਥੇ ਨਾਟ ਲਿਖਿਆ ਹੈ ਪਰ ਇਸ ਦੇ ਹੋਰ ਕੁਐਸਚਨ ਬਹੁਤ ਮੰਨ ਸਕਦੇ ਆ ਹੁਣ ਇਹ ਡਿਸਕਸ ਕਰਦੇ ਆ ਡਵੈਲਪਮੈਂਟ ਇਜ਼ ਅਫੈਕਟਡ ਬਾਈ ਕਲਚਰਲ ਚੇਂਜ ਬਿਲਕੁਲ ਵੈਗੋਸਕੀ ਦੀ ਥਿਊਰੀ ਸੋਸ਼ੀਓ ਕਲਚਰਲ ਜਿਹੜੀ ਡਿਵੈਲਪਮੈਂਟ ਥਿਊਰੀ ਹੈ ਸੋ ਕਲਚਰ ਅਫੈਕਟ ਕਰਦਾ ਹੈ ਕਲਚਰਲ ਟੂਲ ਦੀ ਗੱਲ ਕਰਦਾ ਹੈ ਪੰਜਾਬ ਦਾ ਦੇਖੋ ਤੇ ਮੱਧ ਪ੍ਰਦੇਸ਼ ਦਾ ਕਲਚਰ ਦਾ ਫਰਕ ਔਰ ਉੱਥੇ ਦੇ ਬੱਚਿਆਂ ਦੇ ਡਿਵੈਲਪਮੈਂਟ ਦਾ ਫਰਕ ਮਿਲੇਗਾ ਈਚ ਫੇਸ ਆਫ ਡਿਵੈਲਪਮੈਂਟ ਹੈਜ਼ ਕੈਰੈਕਟਿਸਟਿਕਸ ਬਿਹੇਵੀਅਰ ਬਿਲਕੁਲ ਹਰ ਇਸੇ ਕਰਕੇ ਹੀ ਤਾਂ ਅਸੀਂ ਛੋਟੇ ਬੱਚਿਆਂ ਦੀ ਗਲਤੀ ਨੂੰ ਵੀ ਮaaf ਕਰਦੇ ਹਾਂ 인ਫੈਂਸੀ ਸਟੇਜ 'ਚ ਜ਼ਿਆਦਾ ਪਿਆਰ ਹੈ अर्ਲੀ ਚਾਈਲਡਹੂਡ ਹੈਨਾ ਆ ਜਾਂਦਾ ਹੈ ਪਿਆਰ ਉਹਦੇ ਵੀ ਚੱਲਦਾ ਹੈ ਉਦੋਂ ਪਲੇ ਉਹਨੂੰ ਨੂੰ ਥੋੜੀ ਫ੍ਰੀडम ਮਿਲਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਕੰਮ ਦੇਣਾ ਸ਼ੁਰੂ ਕੀਤਾ ਜਾਂਦਾ ਹੈ ਫਿਰ ਉਹਨਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਜ਼ਿਆਦਾ ਪੜਨ ਦਸਵੀਂ 'ਚ ਹੋ ਗਿਆ ਆਪਣਾ ਆਇਡੈਂਟੀਟੀ ਕ੍ਰਾਈਸਿਸ ਹੈ ਉਸ ਨੂੰ ਸੋਲਵ ਕਰਨ ਬੜਾ ਕੁਐਸਚਨ ਪੁੱਛਿਆ ਜਾਂਦਾ ਹੈ ਆਇਡੈਂਟੀਟੀ ਕ੍ਰਾਈਸਿਸ ਕਿਹੜੀ ਸਟੇਜ ਹੈ ਸੋ ਅਡੋਲਸੈਂਟ 'ਚ ਆਂਦੀ ਹੈ ਅ ਨਾਰਮਲ ਕੁਐਸਚਨ ਬਹੁਤ ਜ਼ਿਆਦਾ ਪੁੱਛਿਆ ਜਾਂਦਾ ਹੈ ਹੁਣ ਇਹ ਸਮਝ ਲੈਣਾ ਚਾਹੀਦਾ ਹੈ ਕਿ ਰਾਈਟ ਆਨਸਰ ਇਹ ਚ ਕਿਉਂਕਿ ਸਹੀ ਨਹੀਂ ਪੁੱਛਿਆ ਸੀ ਤੇ ਰਾਈਟ ਆਨਸਰ ਹੈ ਕਿ ਉਤੇਜਨਾ ਸਹਾਈ ਨਹੀਂ ਕਰਦੀ ਲੇਕਿਨ ਕਰਦੀ ਹੈ ਉਤੇਜਨਾ ਸਹਾਈ ਕਰਦੀ ਹੈ ਉਸ ਨੂੰ ਸਮਝਣ ਲਈ ਇਸ ਨੂੰ ਮੈਂ ਗੜਬੜ ਹੋ ਗਈ ਚਲੋ ਕੋਈ ਗੱਲ ਨਹੀਂ ਆਪਾਂ ਇੰਗਲਿਸ਼ ਵਿੱਚ ਪੜ੍ਹ ਲੈਨੇ ਹਾਂ ਇਹ ਇੱਕ ਕ੍ਰਿਟੀਕਲ ਪੀਰੀਅਡਸ ਹੁੰਦੇ ਆ ਇੱਥੇ ਕੁਐਸਚਨ ਆ ਸਕਦਾ ਇਸ ਲਈ ਮੈਂ ਕੱਢ ਕੇ ਰੱਖਿਆ ਹੈ ਕ੍ਰਿਟੀਕਲ ਪੀਰੀਅਡ ਆਫ ਡਿਵੈਲਪਮੈਂਟ ਹੁੰਦੇ ਆ ਉਹ ਕਿਹੜੇ ਹੁੰਦੇ ਹੈ ਕਿ ਜਦੋਂ ਬ੍ਰੇਨ ਕਿ ਕੋਈ ਖਾਸ ਏਜ ਬੱਚੇ ਦੀ ਜਦੋਂ ਬ੍ਰੇਨ ਸਭ ਤੋਂ ਜ਼ਿਆਦਾ ਰਿਸੈਪਟਿਵ ਹੈ ਕਿਸੇ ਸਪੈਸੀਫਿਕ ਸਟੀਮੂਲਸ ਲੈਂਡ ਨੂੰ ਫੋਰ ਐਗਜ਼ਾਮਪਲ ਇੱਕ ਖਾਸ ਏਜ ਹੁੰਦੀ ਹੈ ਜਦੋਂ ਬੱਚੇ ਦਾ ਭਾਸ਼ਿਕ ਵਿਕਾਸ ਸਭ ਤੋਂ ਜ਼ਿਆਦਾ ਹੁੰਦਾ ਹੈ ਇੱਕ ਖਾਸ ਏਜ ਹੁੰਦੀ ਹੈ ਕਿ ਬੱਚੇ ਦਾ ਬ੍ਰੇਨ ਜਿਹੜਾ ਹੈ ਮੈਕਸਿਮਮ ਡਿਵੈਲਪ ਹੁੰਦਾ ਹੈ ਇੱਕ ਖਾਸ ਏਜ ਹੁੰਦੀ ਹੈ ਕਿ ਸੋਸ਼ਲ ਡਿਵੈਲਪਮੈਂਟ ਜ਼ਿਆਦਾ ਜ਼ਰੂਰੀ ਹੈ ਜੇ ਉਹ ਏਜ ਨਿਕਲ ਜਾਂਦੀ ਹੈ ਉਸ ਤੋਂ ਬਾਅਦ ਸੋਸ਼ਲ ਡਿਵੈਲਪਮੈਂਟ ਜੇ ਉਹ ਏਜ ਨਿਕਲ ਜਾਂਦੀ ਹੈ ਹਨਾ ਤੇ ਉਸ ਤੋਂ ਬਾਅਦ ਲੈਂਗੁਏਜ ਡਿਵੈਲਪਮੈਂਟ ਇੱਕ ਸਟੱਡੀ ਹੋਈ ਸੀ ਜਿਹੜੀ ਕਿ ਫੋਰਨ ਜਿਹੜੇ ਆਪਣੇ ਪੰਜਾਬ ਦੇ ਮੰਨ ਲਓ ਬੱਚੇ ਫੋਰਨ ਕੈਨੇਡਾ ਅਮਰੀਕਾ ਜਾਂਦੇ ਆ ਜਿਹੜੇ ਜਿਹੜੇ ਬੱਚੇ ਉਹ ਸੈਂਸਿਟਿਵ ਪੀਰੀਅਡ ਸੀ ਉਹਨਾਂ ਨੇ ਇੰਗਲਿਸ਼ ਬੜੀ ਜਲਦੀ ਸਿੱਖ ਲਈ ਲੇਕਿਨ ਜਿਹੜੇ ਵੱਡੇ ਸੀ ਸੈਂਸਿਟਿਵ ਪੀਰੀਅਡ ਤੋਂ ਨਿਕਲ ਗਏ ਸੀ ਕ੍ਰਿਟੀਕਲ ਪੀਰੀਅਡ ਤੋਂ ਨਿਕਲ ਗਏ ਸੀ ਹਨਾ ਸਟਿਮੂਲੇਸ਼ਨ ਉਹਨਾਂ ਨੂੰ ਨਹੀਂ ਮਿਲ ਸਕੀ ਟਾਈਮ ਸਰ ਉੱਥੇ ਇੰਗਲਿਸ਼ ਦੀ ਸਟਿਮੂਲੇਸ਼ਨ ਮਿਲ ਗਈ ਉੱਥੇ ਇੰਗਲਿਸ਼ ਲੈਂਗੁਏਜ ਉਹਨਾਂ ਨੂੰ ਸੁਣਨ ਨੂੰ ਮਿਲ ਗਈ ਉਹ ਬੱਚੇ ਨੇ ਜਲਦੀ ਗ੍ਰੈਸਪ ਕਰ ਲਈ ਸੋ ਉਹ ਪੀਰੀਅਡਸ ਨੇ ਉਹਨੂੰ ਕ੍ਰਿਟੀਕਲ ਪੀਰੀਅਡਸ ਕਿਹਾ ਜਾਂਦਾ ਹੈ ਸੋ ਇਹ ਕੁਐਸਚਨ ਬਣ ਸਕਦੇ ਨੇ ਜਿਹੜਾ ਹੈ ਪ੍ਰੀਨੇਟਲ ਡਿਵੈਲਪਮੈਂਟ ਜਿਹੜੀ ਹੈ ਉਹ ਸਾਰਾ ਹੀ ਕ੍ਰਿਟੀਕਲ ਪੀਰੀਅਡ ਹੈ ਜਦੋਂ 9 ਮਹੀਨੇ ਦਾ ਪੀਰੀਅਡ ਹੈ ਬ੍ਰੇਨ ਆਰਗਨ ਸਾਰੇ ਉਦੋਂ ਡਵੈਲਪ ਹੁੰਦੇ ਆ ਮੰਨ ਲਓ ਮਦਰ ਜਿਹੜੀ ਐਲਕੋਹਲ ਲੈਂਦੀ ਹੈ ਰੋਂਗ ਸਟਿਮੂਲਸ ਮਿਲ ਗਿਆ ਡਰੱਗਸ ਲੈ ਲਈ ਬੱਚੇ ਦੀ ਡਵੈਲਪਮੈਂਟ ਨੈਗੇਟਿਵ ਹੋ ਜਾਏਗੀ ਮਤਲਬ ਬੱਚੇ ਦੀ ਹੈਲਥ ਖਰਾਬ ਹੋ ਸਕਦੀ ਹੈ ਸੋ अर्ਲੀ ਬ੍ਰੇਨ ਡਵੈਲਪਮੈਂਟ ਹੈਨਾ ਜਿਹੜੀ ਸਭ ਤੋਂ ਜ਼ਿਆਦਾ 2 ਸਾਲ ਤੱਕ ਹੁੰਦੀ ਹੈ ਬ੍ਰੇਨ ਪਲਾਸਟਿਸਿਟੀ ਇਹ ਪੀਕ ਤੇ ਹੁੰਦੀ ਹੈ ਇਹ ਗੱਲਾਂ ਇੱਥੇ ਨਹੀਂ ਕਰਾਂਗੇ ਡਿਟੇਲ ਵਿੱਚ ਸਿਰਫ ਇਹ ਹੈ ਕਿ ਲੈਂਗੁਏਜ ਐਕ્וויਜ਼ੀਸ਼ਨ ਦਾ ਪੀਰੀਅਡ ਕਿਹੜਾ ਹੈ 5 ਸਾਲ ਤੱਕ ਮੰਨਿਆ ਜਾਂਦਾ ਹੈ ਵੈਸੇ ਅਰਲੀ ਚਾਈਲਡਹੂਡ ਰਾਈਟ ਆਨਸਰ ਹੋ ਸਕਦਾ ਹੈ ਉਸ ਤੋਂ ਬਾਅਦ ਥੋੜੀ ਏਜ ਵੀ ਹੁੰਦੀ ਹੈ ਲੇਕਿਨ ਅਡੋਲਸੈਂਟ ਤੋਂ ਬਾਅਦ ਜਿਹੜੀ ਹੈ ਉਹ ਉਹ ਕਟ ਜਾਂਦੀ ਹੈ ਵਿਜ਼ਨ ਡਵੈਲਪਮੈਂਟ ਹੈ ਇਹ ਕੋ ਤੁਹਾਨੂੰ ਨਹੀਂ ਪੁੱਛਿਆ ਜਾਏਗਾ ਇਮੋਸ਼ਨਲ ਸੋਸ਼ਲ ਡਵੈਲਪਮੈਂਟ ਹੈ ਦੇਖੋ 5 ਸਾਲ ਦਾ ਪੀਰੀਅਡ ਦੈਟ ਇਜ਼ ਵਾਈ ਮੋਸਟ ਮੋਸਟ ਕ੍ਰੂਸ਼ਲ ਪੀਰੀਅਡ ਕਿਹਾ ਜਾਂਦਾ ਹੈ ਐਡਵਰਟਾਈਜ਼ਮੈਂਟ ਜਿਹੜੀਆਂ ਆਉਂਦੀਆਂ ਹਨ ਦੇਖੋ ਬੋਨ ਵਿਟਾ ਇਹ ਉਹ ਕਿਤੇ ਨਾ ਕਿਤੇ 5 ਸਾਲ ਨੂੰ ਯੂਜ਼ ਕਰਦੇ ਆ ਇਹ ਦੱਸਦੇ ਹਨ ਸੋ ਉਹ ਤੁਹਾਡਾ ਰਾਈਟ ਆਨਸਰ ਬਣਦਾ ਹੈ ਮੋਟਰ ਸਕਿਲ ਡਵੈਲਪਮੈਂਟ ਦੇਖੋ अर्ਲੀ ਚਾਈਲਡਹੂਡ ਚ अर्ਲੀ ਚਾਈਲਡਹੂਡ ਇਜ਼ ਮੋਸਟ ਇੰਪੋਰਟੈਂਟ ਪੀਰੀਅਡ ਓਵਰঅল ਜਿਹੜੀ ਜਿਹੜਾ ਕਿਹਾ ਜਾਂਦਾ ਹੈ ਸੋ ਅਡੋਲਸੈਂਟ ਪੁਬੇਰਟੀ ਪੀਰੀਅਡ ਜਦੋਂ ਸੈਕਸ਼ੂਅਲ ਗਲੈਂਡਸ ਜਿਹੜੀਆਂ ਹੈ ਵਰਕਿੰਗ ਕਰਨਾ ਸ਼ੁਰੂ ਕਰ ਦਿੰਦੀਆਂ ਹਨ ਹੈਨਾ ਅੱਛਾ ਉਦੋਂ ਬ੍ਰੇਨ 'ਚ ਇੱਕ ਚੀਜ਼ ਹੁੰਦੀ ਹੈ ਇਹ ਇੰਪੋਰਟੈਂਟ ਹੈ ਕੁਐਸਚਨ ਪੁੱਛਿਆ ਜਾ ਸਕਦਾ ਹੈ ਡਿਸੀਜਨ 메ਕਿੰਗ ਜਿਹੜੀ ਹੈ ਕਿਉਂਕਿ ਸਾਡੇ ਬ੍ਰੇਨ ਦਾ ਇੱਕ ਪਾਰਟ ਅਡੋਲਸੈਂਟ ਦਾ ਉਦੋਂ ਡਿਵੈਲਪ ਹੁੰਦਾ ਹੈ ਨਾਰਮਲੀ ਉਹ ਚਾਰੇ ਡਿਸੀਜਨ ਨਹੀਂ ਲੈ ਲੈਂਦੇ ਪਏ ਉਹਦੇ ਕਨਫਿਊਜ਼ਨ 'ਚ ਰਹਿੰਦੇ ਐਟ ਸਟ्रेस ਐਂਗਜ਼ਾਇਟੀ ਸuffer ਕਰਦੇ ਹਾ ਜਿਉਂਕਿ ਬ੍ਰੇਨ ਦਾ ਇੱਕ ਪਾਰਟ ਜਿਹੜਾ ਹੈ ਮੈਨੂੰ ਨਾਮ ਨਹੀਂ ਯਾਦ ਉਹ ਜਿਹੜਾ ਹੈ ਡਵੈਲਪ ਹੋਣਾ ਹੁੰਦਾ ਉਹ ਡਵੈਲਪ ਹੁੰਦਾ ਹੈ ਤੇ ਰੀਜ਼ਨਿੰਗ ਇਹਨਾਂ ਦੀ ਹਾਂ ਰੈਸ਼ਨਲ ਉਦੋਂ ਸ਼ੁਰੂ ਹੋਣੇ ਸ਼ੁਰੂ ਹੋ ਜਾਂਦੇ ਹਨ ਸੋ ਕ੍ਰਿਟੀਕਲ ਪੀਰੀਅਡ ਹੈ ਐਸੈਂਸ਼ੀਅਲ ਵਿੰਡੋ ਆਫ ਆਪਟੀਮਲ ਡਵੈਲਪਮੈਂਟ अर्ਲੀ ਇੰਟਰਵੈਂਸ਼ਨ ਐਂਡ ਪ੍ਰੋਪਰ ਸਟਿਮੂਲਸ ਲੌਂਗ ਟਰਮ ਬੈਨੀਫਿਟ ਹੈ ਇਹੀ ਉਸ ਜਿਹੜੀ ਆਪਸ਼ਨ ਸੀ ਉਸ ਦਾ ਕ੍ਰਿਟਿਸਿਮ ਕੀਤਾ ਸੀ ਅ ਥੈਟ ਇਜ਼ 올 ਫਰਸਟ ਸੈਟ ਹੈ ਸੈਕੰਡ ਸੈਟ ਵਿੱਚ ਦੁਬਾਰਾ ਮਿਲਦੇ ਹੈ ਜੇ ਕਿਸੇ ਤਿਆਰੀ ਕਰਨੀ ਹੈ ਤੁਸੀਂ learn to actualize ਜਿਹੜਾ ਚ ਆ ਵੈਬਸਾਈਟ ਹੈ learn to actualize.com ਤੇ ਜਾ ਕੇ ਤੁਸੀਂ ਟੀਚਿੰਗ ਕੋਰਸ ਲੈ ਸਕਦੇ ਹੋ ਬੜਾ ਸਕਦਾ ਜੇ ਬਾਜ਼ਾਰ ਚ 3000 ਦਾ ਹੈ ਅਸੀਂ 600 ਦਾ ਸਿਰਫ ਰੱਖਿਆ ਹੈ ਜਿਹਦੇ ਵਿੱਚ ਸੀਡੀਪੀ ਇੰਗਲਿਸ਼ ਪੰਜਾਬੀ ਮਿਲੇਗੀ ਕੋਸ਼ਿਸ਼ ਕਰਾਂਗੇ ਕਿ ਪੈਡਾਗੋਜੀ ਆਫ ਐਸਐਸਟੀ ਵੀ ਤੁਹਾਨੂੰ ਪੜਾਈਏ ਉਹਦੀ ਕੋਈ ਫੀਸ ਨਹੀਂ ਲਵਾਂਗੇ ਉਹ ਜਿੰਨਾ ਪੜਾ ਸਕਦੇ ਆ ਪੜਾਵਾਂਗੇ ਇਸ ਤੋਂ ਇਲਾਵਾ ਜਿਹੜੇ ਪਹਿਲੇ ਬੱਚੇ ਹਨ ਫਰਸਟ ਫਰਸਟ ਟਾਈਮ ਪੇਪਰ ਦੇਣ ਲੱਗੇ ਆ ਪੀਐਸਟੈਟ ਦਾ ਉਹ ਪ੍ਰੀਵੀਅਸ ਈਅਰ ਦੇ ਪੇਪਰ ਸੋਲਵ ਕਰਕੇ ਦੇ ਸਕਦੇ ਜੀ ਜਿ 30 40 ਦਿਨ ਨੇ 150 ਰੁਪਏ ਦਾ ਸੈੱਟ ਹੈ ਜਿਹਦੇ ਚ ਸਾਰੇ ਪ੍ਰੀਵੀਅਸ ਈਅਰ ਦੇ 2011 ਤੋਂ ਸਾਰੇ ਪੇਪਰ ਸ਼ਾਮਲ ਨੇ ਪੇਪਰ 1 ਪੇਪਰ 2 ਔਰ ਉਸ ਦੇ ਜਿਹੜੇ ਨੇ ਇਸ ਵਿੱਚ ਸ਼ਾਮਿਲ ਕਿਹੜੇ ਨੇ ਸੀਡੀਪੀ ਇੰਗਲਿਸ਼ ਪੰਜਾਬੀ ਐਸਐਸਟੀ ਇਹ ਸਾਰੇ ਨੇ ਜੇ ਕੱਲ ਐਸਐਸਟੀ ਨਹੀਂ ਲੈਣੀ ਕੱਲੇ ਸੀਡੀਪੀ ਪੰਜਾਬੀ ਇੰਗਲਿਸ਼ ਲੈਣੇ ਨੇ ਫਿਰ ਸਿਰਸ 100 ਰੁਪਏ ਦਾ ਹੈ ਹਨਾ ਸੋ ਇਹ ਤੁਸੀਂ ਲੈ ਸਕਦੇ ਹੋ ਜਾ ਕੇ ਦੇਖ ਸਕਦੇ ਹੋ ਆਨਲਾਈਨ ਕਲਾਸਿਸ ਵੀ ਲੱਗੇਗਾ 600 ਰੁਪਏ ਵਾਲੇ ਕੋਰਸ ਵਿੱਚ ਹੋਏਗਾ ਥੈਂਕ ਯੂ ਡਾਕਟਰ ਤੇਜਸਿੰਘ ਲਾਰਡ ਐਕਚੁਅਲੀ